ਹਾਂਜੀ ਵੈਲਕਮ ਜੀ ਕੀ ਹਾਲ ਚਾਲ ਚੜ੍ਹਦੀ ਕਲਾ ਦੇ ਵਿੱਚ ਹੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਜੂਨ ਮਿਡ ਲਾਈਵ ਸੋ 16 ਜੂਨ ਦੇ ਲਾਈਵ ਦੇ ਉੱਪਰ ਜੀ ਗੱਲਬਾਤ ਕਰਦੇ ਹਾਂ ਮਾਰਕੀਟ ਦੇ ਵਿੱਚ ਕੀ ਚੱਲ ਰਿਹਾ ਸੌਰੀ ਥੋੜੇ ਜਿਹਾ ਅੱਜ ਲੇਟ ਹੋ ਗਏ ਕਿਉਂਕਿ ਅੱਜ ਚਲ ਗਏ ਸੀ ਮਾੜਾ ਜਿਹਾ ਪਿਕਨਿਕ ਤੇ ਉੱਥੇ ਲੱਗ ਗਿਆ ਟਾਈਮ ਤੇ ਮੈਂ ਕਿਹਾ ਚਲੋ ਕੋਈ ਨਹੀਂ ਮਾੜਾ ਜਿਹਾ ਲੇਟ ਕਰ ਲੈਂਦੇ ਹਾਂ ਸਭ ਥੋੜਾ ਜਿਹਾ ਲੇਟ ਦੂਰ ਚਲ ਗਏ ਤੇ ਗਏ ਵੀ ਲੇਟ ਤੇ ਪਲਾਨ ਵੀ ਲੇਟ ਬਣਿਆ ਤੇ ਆਈ ਵੀ ਲੇਟ ਤੁਹਾਡੇ ਸਾਹਮਣੇ ਸੋ ਕੁਐਸਚਨ ਆ ਜੀ ਕਿਸੇ ਵੀ ਵੀਰ ਭਰਾ ਦੇ ਆਪਣੇ ਜਰੂਰ ਕਮੈਂਟ ਦੇ ਵਿੱਚ ਦੱਸ ਦਿਓ ਚੈਟ ਦੇ ਵਿੱਚ ਪਾ ਦਿਓ ਕਿਹੜੇ ਕਿਹੜੇ ਸਟਾਕ ਦੇਖਣੇ ਆ ਟੂ ਬੀ ਓਨੈਸਟ ਮੈਂ ਨਾ ਟਾਈਮ ਨਹੀਂ ਮਿਲਿਆ ਹੁਣੇ ਆਇਆ ਤੇ ਨਾਲ ਦੀ ਨਾਲ ਹੀ ਮੈਂ ਲਾਈਵ ਕਰ ਲੱਗ ਗਿਆ ਸੋ ਚਾਰਟ ਵਾਲੇ ਦੇਖੇ ਨਹੀਂ ਸੋ ਜਿਹੜਾ ਵੀ ਤੁਸੀਂ ਸ਼ੇਅਰ ਕਰੋਗੇ ਕੋਈ ਨਾ ਕੋਈ ਸਟਾਕ ਨੈਕਸਟ ਵੀਕ ਦੇ ਲਈ ਆਪਾਂ ਚਾਰਟ ਇਕੱਠੇ ਦੇਖਾਂਗੇ ਤੇ ਨਾਲੇ ਤੁਹਾਡਾ ਵੀ ਪਲਾਨ ਥੋੜਾ ਜਿਹਾ ਬਣ ਜੂਗਾ ਮੇਰਾ ਵੀ ਪਲਾਨ ਬਣ ਜੂਗਾ ਕਿਉਂਕਿ ਮੈਂ ਟੂ ਬੀ ਓਨੈਸਟ ਕੋਈ ਚਾਰਟ ਵਾਲੇ ਦੇਖੇ ਨਹੀਂ ਜਿਹੜੇ ਮੈਂ ਤੁਹਾਨੂੰ ਆਪਣੇ ਵੱਲੋਂ ਦੱਸਣੀ ਚਾਹੂੰਗਾ ਹਾਂ ਮੇਨ ਮੇਨ ਜਿਹੜੇ ਚ ਪਟ ਕੋਈ ਸਾਈਡ ਤੇ ਸਟਾਕ ਤੁਹਾਡੇ ਮਾਈਂਡ ਦੇ ਵਿੱਚ ਹੋਇਆ ਤੇ ਡੂ ਨਾਟ ਹੈਜ਼ਿਟੇਟ ਟੂ ਸ਼ੇਅਰ ਸੋ ਦੇਖਦੇ ਆ ਜੀ ਮਾਰਕੀਟ ਦੇ ਵਿੱਚ ਲਾਸਟ ਵੀਕ ਦੇ ਵਿੱਚ ਕੀ ਹੋਇਆ ਸੋ ਵੈਲਕਮ ਸਾਰਿਆਂ ਦਾ ਸਭ ਤੋਂ ਪਹਿਲਾਂ ਜਿਹਨੇ ਨਹੀਂ ਸਬਸਕ੍ਰਾਈਬ ਕੀਤਾ ਜੀ ਮੜਾ ਜਾ ਸਬਸਕ੍ਰਾਈਬ ਵਾਲਾ ਬਟਨ ਨਾਪ ਦਿਓ ਤੇ ਨਾਲ ਹੀ ਉਹਦੇ ਇੱਕ ਟੱਲੀ ਜੀ ਵਾਲਾ ਬਟਨ ਆ ਉਹ ਵੀ ਨਾਪ ਦਿਓ ਤਾਂ ਕਿ ਨੈਕਸਟ ਟਾਈਮ ਜਦੋਂ ਮੈਂ ਕੋਈ ਵੀ ਵੀਡੀਓ ਅਪਲੋਡ ਕਰਦਾ ਏਦਾਂ ਦੀ ਤੇ ਤੁਹਾਨੂੰ ਨੋਟੀਫਿਕੇਸ਼ਨ ਨਾਲ ਦੀ ਨਾਲ ਮਿਲਦਾ ਜਾਵੇ ਸੋ ਲਾਸਟ ਵੀਕ ਆ ਸੌਰੀ ਇਸ ਵੀਕ ਦੇ ਵਿੱਚ ਆਪਾਂ ਆ ਵੀਡੀਓ ਅਪਲੋਡ ਕਰੀ ਸੀ ਜੀ ਕੱਲ ਮੈਂ ਕੀ ਟ੍ਰੇਡਿੰਗ ਜਰਨਲ ਕਿੱਦਾਂ ਬਣਾਉਣਾ ਸੋ ਬਹੁਤ ਹੀ ਇੰਪੋਰਟੈਂਟ ਵੀਡੀਓ ਕੱਲੀ ਟ੍ਰੇਡਿੰਗ ਜਰਨਲ ਦੇ ਬਾਰੇ ਇਹਦੇ ਵਿੱਚ ਗੱਲ ਨਹੀਂ ਹੈਗੀ ਤੁਸੀਂ ਬਹੁਤ ਹੋਰ ਕੁਝ ਵੀ ਸਿੱਖੋਗੇ ਮਾਰਕੀਟ ਦੀ ਸਾਈਕੋਲੋਜੀ ਕਿੱਦਾਂ ਸਟਾਕ ਮਾਰਕੀਟ ਦੇ ਵਿੱਚ ਤੁਹਾਨੂੰ ਚੀਜ਼ਾਂ ਦੀ ਸਮਝ ਹੋਣੀ ਚਾਹੀਦੀ ਹੈ ਕਿਉਂ ਸਮਝ ਹੋਣੀ ਚਾਹੀਦੀ ਹੈ ਤੇ ਕਿੱਦਾਂ ਤੁਸੀਂ ਆਪਣੇ ਆਪ ਨੂੰ ਇੰਪਰੂਵ ਕਰਕੇ ਤੇ ਇੱਕ ਵਧੀਆ ਟਰੇਡਰ ਬਣਾ ਸਕਦੇ ਹੋ ਚਾਹੇ ਤੁਸੀਂ ਸਟਾਰਟਿੰਗ ਕਰ ਰਹੇ ਹੋ ਚਾਹੇ ਤੁਸੀਂ ਆਲਰੇਡੀ ਪ੍ਰੋਫਿਟੇਬਲ ਆ ਚਾਹੇ ਤੁਸੀਂ ਕਦੀ ਪ੍ਰੋਫਿਟ ਬਣਾ ਲੈਂਦੇ ਹੋ ਤੇ ਕਦੀ ਨੁਕਸਾਨ ਹੋ ਜਾਂਦਾ ਹੈ ਉੱਥੇ ਕੀ ਚੱਲੀ ਜਾਂਦਾ ਅਕਾਊਂਟ ਚਾਹੇ ਲਾਸ ਦੇ ਵਿੱਚ ਆ ਸੋ ਇਹ ਵੀਡੀਓ ਤੁਹਾਡੇ ਲਈ ਦੇਖਣੀ ਬਹੁਤ ਹੀ ਜ਼ਰੂਰੀ ਆ ਤੇ ਵੀਡੀਓ ਦੇਖਣ ਦੇ ਨਾਲ ਨਾਲ ਜੋ ਇਹਦੇ ਵਿੱਚ ਦੱਸਿਆ ਉਹਨੂੰ ਇੰਪਲੀਮੈਂਟ ਕਰਨਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਆ ਕਿਉਂਕਿ ਕੱਲੇ ਦੇਖਿਆਂ ਰਿਜ਼ਲਟ ਨਹੀਂ ਆਉਣੇ ਰਿਜ਼ਲਟ ਆਉਣੇ ਆ ਜਦੋਂ ਉਸ ਚੀਜ਼ ਨੂੰ ਤੁਸੀਂ 100% ਫਾਲੋ ਕਰਕੇ ਤੇ ਇੰਪਲੀਮੈਂਟ ਕਰੋਗੇ ਤੇ ਇਹਦਾ ਮੇਜਰ ਮੇਰਾ ਬਣਾਉਣ ਦਾ ਕਾਰਨ ਇਹ ਸੀ ਕਿਉਂਕਿ ਆਪਾਂ ਸ਼ੁਰੂ ਕੀਤਾ ਹੋਇਆ ਲਾਈਵ ਟਰੇਡਿੰਗ ਦੇ ਉੱਪਰ ਜੇ ਤੁਹਾਡੇ 'ਚ ਕੋਈ ਲਾਈਵ ਟਰੇਡਿੰਗ ਦੇ ਉੱਪਰ ਹੈਗਾ ਆ ਤਾਂ 1-1 ਮੈਂਟਰਸ਼ਿਪ ਕਹਿ ਸਕਦੇ ਆ ਕਿ ਐਵਰੀ ਫਰਾਈਡੇ ਮੈਂ ਲਾਈਵ ਟਰੇਡਿੰਗ 'ਚ ਇੱਕ ਜਾਂ ਦੋ ਜਣੇ ਪਿਕ ਕਰਕੇ ਤੇ ਉਹਨਾਂ ਨੂੰ ਟਾਈਮ ਦਿਆ ਕਰਨਾ 15 20 ਮਿੰਟ ਅੱਧਾ ਘੰਟਾ ਨਾਲੇ ਉਹਨਾਂ ਦਾ ট্রেਡਿੰਗ ਜਰਨਲ ਚੈੱਕ ਕਰਿਆ ਕਰਨਾ ਰਿਵਿਊ ਕਰਕੇ ਦੇਖਿਆ ਕਰਨਾ ਕੀ ਗਲਤ ਕਰ ਰਹੇ ਨੇ ਤੇ ਕਿਦਾਂ ਉਹ ਜਿਹੜੀਆਂ ਮਿਸਟੇਕਸ ਇਨ ਉਹਨੂੰ ਰੈਕਟੀਫਾਈ ਕਰਕੇ ਕੀ ਸੋਲੂਸ਼ਨ ਹੋ ਸਕਦਾ ਤੇ ਉਹ ਵਧੀਆ ਆਪਣੀ ਇੱਕ ট্রেਡਿੰਗ ਦੇ ਵਿੱਚ ਜਰਨੀ ਅੱਗੇ ਕਰ ਸਕਦੇ ਨੇ ਇਹਨੂੰ ਆਪਣਾ ਕੈਰੀਅਰ ਬਣਾਉਣ ਬਾਰੇ ਸੋਚ ਸਕਦੇ ਨੇ ਸੋ ਇਫ ਯੂ ਆਰ ਪਾਰਟ ਆਫ ਲਾਈਵ ট্রেਡਿੰਗ ਸਬਸਕ੍ਰਾਈਬ ਕੀਤਾ ਹੋਇਆ ਯੂ ਗੈਸ ਹੈਵ ਅਪਰਚੂਨਿਟੀ ਦੇਖਦੇ ਆ ਨੈਕਸਟ ਫਰਾਈਡੇ ਕਿਹਦੀ ਵਾਰੀ ਆਉਂਦੀ ਆ ਜੀ ਤੁਹਾਡੇ ਵਿੱਚੋਂ ਕਿਹੜੇ ਦੋ ਲੱਕੀ ਇੱਕ ਜਾਂ ਦੋ ਜਣੇ ਹੁੰਦੇ ਆ ਸੋ ਜਿਨ੍ਹਾਂ ਦੀ ਵਾਰੀ ਆਉਂਦੀ ਹੈ ਜਿਨ੍ਹਾਂ ਦੇ ট্রেਡਿੰਗ ਜਰਨਲ ਚੈੱਕ ਹੁੰਦੇ ਆ ਸੋ ਆਈ ਏਮ ਗਿਵਿੰਗ ਮਾਈ 100% ਤਾਂ ਕਿ ਤੁਹਾਡੇ ਵਿੱਚੋਂ ਕੁਛ ਨਾ ਕੁਛ ਜਿਹੜੇ ਆਸ ਲੈ ਕੇ ਮੇਰੇ ਨਾਲ ਕਨੈਕਟ ਹੁੰਦੇ ਆ ਕਿਉਂਕਿ ਜਦੋਂ ਵੀ ਤੁਸੀਂ ਲਾਈਵ ট্রেਡਿੰਗ ਦੀ ਸਬਸਕ੍ਰਾਈਬ ਕਰਦੇ ਹੋ ਜਾਂ ਕੋਈ ਵੀਡੀਓ ਦੇਖ ਰਹੇ ਹੋ ਸੋ ਯੂ ਹੈਵ ਸਮ ਹੋਪ ਕਿ ਹਾਂ ਸ਼ਾਇਦ ਯਾਰ ਇਹ ਬੰਦਾ ਨਾ ਭਾਈ ਆਪਣੀ ਹੈਲਪ ਕਰ ਦੇ ট্রেਡਿੰਗ ਦੇ ਵਿੱਚ ਸੋ ਆਈ ਵਾਂਟ ਟੂ ਗਿਵ ਮਾਈ 100% ਕਿ ਹਾਂ ਜੇ ਤੁਸੀਂ ਕਿਸੇ ਆਸ ਦੇ ਨਾਲ ਚਾਹੇ ਮੈਨੂੰ ਇੰਸਟਾਗ੍ਰam ਤੇ ਕੋਈ ਮੈਸੇਜ ਵੀ ਕਰਦਾ ਆ ਇਹ ਲਾਈਵ ਦੇ ਉੱਪਰ ਆਇਆ ਸੈਸ਼ਨ ਸੈਸ਼ਨ ਦੇ ਵਿੱਚ ਆਉਨੇ ਆ ਕਿ ਮੈਂ ਆਪਣਾ 100% ਦਵਾਂ ਬਾਕੀ ਅੱਗੇ ਤੁਹਾਡਾ ਐਫਰਟ ਹੋਵੇ ਤੇ ਜੇ ਆਪਾਂ ਦੋਵੇਂ 100% ਦਈਏ ਤਾਂ ਰਿਜ਼ਲਟ ਬਹੁਤ ਵਧੀਆ ਨਿਕਲਣਗੇ ਇੰਨੀ ਕ ਆਪਣੇ ਤੇ ਵਾਹਿਗੁਰੂ ਦੀ ਕਿਰਪਾ ਆ ਸੋ ਰਿਜ਼ਲਟ ਆਪਾਂ ਵਧੀਆ ਲੈ ਆਵਾਂਗੇ ਜੀ ਸੋ ਜਰੂਰ ਦੇਖ ਲਿਓ ਜਿੰਨੇ ਵੀਡੀਓ ਨਹੀਂ ਵਾਚ ਕਰੀ ਵਾਚ ਕਰਕੇ ਫੋਲੋ ਕਰਿਓ ਜਰੂਰ ਨੈਕਸਟ ਵੀਕ ਦੇ ਵਿੱਚ ਜਾਂ ਆਉਣ ਵਾਲੇ ਆਪਣੇ ਟਰੇਡਿੰਗ ਜਰਨੀ ਦੇ ਵਿੱਚ ਤੁਹਾਡੀ ਕਾਫੀ ਹੈਲਪ ਹੋਊਗੀ ਸੋ ਨੈਕਸਟ ਵੀਕ ਨਹੀਂ ਜੀ ਲਾਸਟ ਵੀਕ ਲਿਖਣਾ ਸੀ ਇੱਥੇ ਸੋ ਲਾਸਟ ਵੀਕ ਦੇ ਵਿੱਚ ਮਾਰਕੀਟ ਦੇ ਵਿੱਚ ਕੀ ਹੋਇਆ ਜੀ ਸੋ Let me change that quickly ਕਿਉਂਕਿ ਤੁਹਾਨੂੰ ਮੈਂ ਦੱਸਿਆ ਕਿ ਕੰਮ ਥੋੜਾ ਜਿਹਾ ਕਾਲੀ ਜਿਹਾ ਬੱਟਾ ਹੋਲ ਕਿਉਂ ਮਾਈ 100% ਸਾਰਾ ਕੁਝ ਸਹੀ ਹੋਵੇ ਸੋ ਲਾਸਟ ਵੀਕ ਮਾਰਕੀਟ ਦੇ ਵਿੱਚ ਕੀ ਹੋਇਆ Nvidia ਦਾ ਸਟਾਕ ਸਪਲਿਟ ਹੋਇਆ 1 for 10 ਸਟਾਕ ਸਪਲਿਟ ਕੀ ਹੁੰਦਾ ਹੈ ਹੋਪਫੁਲੀ ਤੁਹਾਨੂੰ ਹੁਣ ਤੱਕ ਇਹਦੇ ਬਾਰੇ ਪਤਾ ਲੱਗ ਗਿਆ ਹੋਣਾ ਜੇ ਨਹੀਂ ਪਤਾ ਤੇ ਮੈਂ YouTube ਦੇ ਉੱਪਰ ਹੀ ਇੱਕ ਵੀਡੀਓ ਪਾਈ ਹੋਈ ਜਿਸ ਦਾ ਨਾਮ ਹੈਗਾ Nvidia Stock Split Explained ਉਹ ਵੀਡੀਓ ਜਾ ਕੇ ਵਾਚ ਕਰ ਲਿਓ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਕਿ Nvidia ਦਾ ਸਟਾਕ ਸਪਲਿਟ ਹੋਇਆ ਕੀ ਹੁੰਦੀ ਆ ਸਟਾਕ ਸਪਲਿਟ ਜਿਨ੍ਹਾਂ ਨੂੰ ਪਤਾ ਆ ਉਹਨਾਂ ਦੇ ਲਈ ਗੁੱਡ ਆ ਤੇ ਸਟਾਕ ਸਪਲਿਟ ਤੋਂ ਪਹਿਲਾਂ ਵੀ ਮੈਂ ਤੁਹਾਨੂੰ ਦੱਸ ਦਿੱਤਾ ਸੀ ਕਿ ਜੇ ਕਿਸੇ ਨੇ ਸਟਾਕ ਬਾਏ ਕਰਨੇ ਆ ਤੇ ਕਰ ਸਕਦਾ ਆ ਤੇ ਉੱਪਰ ਜਾਣ ਦੇ ਚਾਂਸ ਆ ਸਟਾਕ ਸਪਲਿਟ ਤੋਂ ਬਾਅਦ ਵੀ ਕਈਆਂ ਨੇ ਐਂਟਰੀ ਕੀਤੀ ਹੋਈ ਆ ਆਰਾਊਂਡ 118 ਡਾਲਰ ਤੇ ਮੈਂ ਅਲਰਟ ਦਿੱਤਾ ਹੋਇਆ ਸੀ ਲਾਈਵ ਦੇ ਉੱਪਰ ਹੀ ਤੇ ਲਾਸਟ ਵੀਕ ਦੇ ਵਿੱਚ ਇਸ ਸਪਲਿਟ ਹੋਣ ਤੋਂ ਬਾਅਦ ਸਟਾਕ 8% ਉੱਪਰ ਚੱਲ ਗਿਆ ਸੋ ਕੰਗ੍ਰੈਚੁਲੇਸ਼ਨ ਜਿਨ੍ਹਾਂ ਨੇ ਵੀ ਬਾਏ ਕੀਤਾ ਆਈ ਊਡ ਸੇ ਕਿ ਸਟਿਲ ਕੀਪ ਹੋਲਡਿੰਗ ਜਦੋਂ ਤੱਕ ਅਨਵੀਡੀਆ ਇੱਕ ਅੱਧੀ ਅਰਨਿੰਗ ਮਾੜੀ ਨਹੀਂ ਦਿੰਦਾ ਜਾਂ ਫਿਊਚਰ ਦੀ ਗਾਈਡੈਂਸ ਵੀਕ ਨਹੀਂ ਦਿੰਦਾ ਸੋ ਥੈਟ ਊਡ ਬੀ ਦਾ ਟਾਈਮ ਕਿ ਜਦੋਂ ਤੁਹਾਨੂੰ ਹੋਊਗਾ ਕਿ ਬਾਹਰ ਨਿਕਲੀਏ ਇਹਦੇ ਵਿੱਚੋਂ ਆਪਣਾ ਪ੍ਰੋਫਿਟ ਲਾਕ ਕਰੀਏ ਬਟ ਫॉर ਨਾਊ ਐਜ਼ ਲੌਂਗ ਐਜ਼ ਮਾਰਕੀਟ ਇਜ਼ ਕੀਪ ਗੋਇੰਗ ਤੁਹਾਨੂੰ ਇਹ ਹੋਲਡ ਕਰਨਾ ਚਾਹੀਦਾ ਹੈ ਐਪਲ ਦੀ ਸਟਾਕ ਨੇ ਵੀ ਨਿਊ ਹਾਈ ਬਣਾਇਆ ਜੀ ਆਫਟਰ ਉਹਨਾਂ ਦਾ ਜਿਹੜਾ ਡਿਵੈਲਪਰ ਇਵੈਂਟ ਹੋਇਆ ਜਿਸ ਤੇ ਵਿੱਚ AI ਦੇ ਰਿਲੇਟਡ ਉਹਨਾਂ ਨੇ ਜਿਹੜੀ Open AI ਦੇ ਨਾਲ ਟਾਈ ਅਪ ਕੀਤਾ ਹੋਇਆ ਤੇ ਉਹ ਚੀਜ਼ਾਂ ਜਿਹੜੀਆਂ iPhone ਦੇ ਵਿੱਚ ਇੰਪਲੀਮੈਂਟ ਕਰਨੀਆਂ ਸੋ ਇੱਕ ਉਹ ਬੂਸਟ ਮਿਲਿਆ ਤੇ Apple ਦੇ ਸਟਾਕ ਵੀ ਲਾਸਟ ਮੰਥ ਲਾਸਟ ਵੀਕ ਦੇ ਵਿੱਚ ਸੌਰੀ 30 ਡਾਲਰ ਦੀ ਮੂਵ ਕਰ ਗਿਆ ਸੋ ਕਾਫੀ ਵਧੀਆ ਰਨ ਹੋਇਆ ਜੇ ਕਿਸੇ ਨੇ ਇਹਦੇ ਵਿੱਚ ਪੋਜੀਸ਼ਨ ਬਣਾਈ ਸੀ ਤਾਂ ਬਹੁਤ ਵਧੀਆ ਰਿਹਾ ਹੋਊਗਾ ਜੀ ਸੋ ਦੋਹਾਂ ਕ ਸਟਾਕ ਜਿਨ੍ਹਾਂ ਦੀ ਆਪਾਂ ਕਹਿ ਸਕਦੇ ਹਾਂ ਕਿ ਪੋਜ਼ਿਟਿਵ ਨਿਊਜ਼ ਐਂਡ ਆਫ ਦਾ ਡੇ ਦੋਵਾਂ ਦੇ ਕੀ ਆ AI ਦੀ ਹਾਈਪ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਹਾਈਪ ਆ ਤੇ ਇਹ ਪ੍ਰੂਵ ਕਰਦੀ ਹੈ ਕਿ ਵਿੱਚ ਇਸ ਸਟਿਲ ਗੋਇੰਗ ਪੀਪਲ ਆਰ ਸਟਿਲ ਐਕਸਾਈਟਡ ਅ ਤੇ ਹਾਈ ਪੈ ਗਈ ਆ ਟੈਸਲਾ ਦੇ ਸਟਾਕ ਦੇ ਵਿੱਚ ਵੀ ਥੋੜਾ ਜਿਹਾ ਮੋਮੈਂਟਮ ਆਇਆ ਜੀ ਕਾਫੀ ਆਪਾਂ ਕਹਿ ਦਈਏ 2-3 ਵੀਕ ਦੇ ਬਾਅਦ ਨਹੀਂ ਤਾਂ ਉਸ ਕੇਰੀਏ ਦੇ ਤੇ ਖੜਿਆ ਹੋਇਆ ਸੀ ਤੇ ਟੈਸਲਾ ਦੇ ਸਟਾਕ ਨੂੰ ਜਿਹੜੀ ਇੱਕ ਅਪਰੂਵਲ ਮਿਲੀ ਆ ਐਲਾਨ ਮਸਕ ਨੂੰ ਜਿਹੜਾ ਉਹਦਾ ਪੇ ਪੈਕੇਜ 56 ਬਿਲੀਅਨ ਡਾਲਰ ਦਾ ਸੋ ਜਿਹੜਾ ਹੋਲਡ ਤੇ ਪਿਆ ਹੋਇਆ ਸੀ ਜੱਜ ਵੱਲੋਂ ਥੋੜਾ ਜਿਹਾ ਉਹਨੂੰ ਡਿਨਾਈ ਕੀਤਾ ਜਾ ਰਿਹਾ ਸੀ ਬਟ ਟੈਸਲਾ ਦੇ ਜਿਹੜੇ ਬਿਗੇਸਟ ਸ਼ੇਅਰਹੋਲਡਰ ਆ ਸਾਰਿਆਂ ਨੇ ਉਹ ਅਪਰੂਵ ਕੀਤਾ ਕਿ ਹਾਂ ਐਲਾਨ ਮਸਕ ਨੂੰ ਉਹ 56 ਬਿਲੀਅਨ ਡਾਲਰ ਦਾ ਟੈਸਲਾ ਚ ਪੇ ਪੈਕੇਜ ਮਿਲ ਜੀ ਵੀ ਆਰ ਓਕੇ ਵਿਦ ਤੇ ਜਦੋਂ ਆਫੀਸ਼ੀਅਲੀ ਅਨਾਉਂਸ ਹੋਇਆ ਫ੍ਰਾਈਡੇ ਮਾਰਨਿੰਗ ਦੇ ਵਿੱਚ ਦਾ ਸਟਾਕ ਥੋੜਾ ਜਿਹਾ ਢਿੱਲਾ ਪਿਆ ਸੀ ਨੈਕਸਟ ਵੀਕ ਦੇ ਵਿੱਚ ਕਾਫੀ ਇੰਟਰਸਟਿੰਗ ਹੋਊਗਾ ਦੇਖਣਾ ਕਿ ਟੈਸਲਾ ਜਿਹੜੇ ਮੇਨ ਏਰੀਆਸ ਆ ਹੋਲਡ ਕਰਦਾ ਕਿ ਨਹੀਂ ਜਿੰਨਾ ਬਾਰੇ ਆਪਾਂ ਚਾਰਟ ਦੇ ਵਿੱਚ ਅੱਗੇ ਜਾ ਕੇ ਗੱਲ ਕਰਾਂਗੇ ਜੀ ਸੀਪੀਆਈ ਡਾਟਾ ਆ ਸੋ ਲਾਸਟ ਵੀਕ ਆਪਾਂ ਕਹਿ ਰਹੀਏ ਕਿ ਵਨ ਆਫ ਦਾ ਬੈਸਟ ਵੀਕ ਆਪਾਂ ਕਹਿ ਸਕਦੇ ਹਾਂ ਟਰੇਡਿੰਗ ਦੇ ਵਿੱਚ ਕਾਫੀ ਵਧੀਆ ਮੂਵਮੈਂਟ ਸੀ ਕਾਫੀ ਵਧੀਆ ਰਨਰ ਸੀ ਐਸ ਲੌਂਗ ਐਸ ਤੁਸੀਂ ਥੋੜਾ ਜਿਹਾ ਕੌਨਫੀਡੈਂਸ ਦੇ ਨਾਲ ਸਹੀ ਜਗ੍ਹਾ ਤੇ ਐਂਟਰ ਹੋਈਆਂ ਤੇ ਬਹੁਤ ਹੀ ਵਧੀਆ ਪ੍ਰੋਫ ਦੂ ਕਟ ਟਰੇਡਾਂ ਸੀ ਜਿਹੜੀਆਂ ਰੈੱਡ ਦੇ ਵਿੱਚ ਹੀ ਬਾਕੀ ਸਾਰੀਆਂ ਟਰੇਡਾਂ ਗ੍ਰੀਨ ਦੇ ਵਿੱਚ ਸੀ ਇੱਕ ਅੱਧੀ ਕੋਈ ਬ੍ਰੇਕ ਇਵਨ ਤੇ ਬਟ ਮੋਸਟ ਆਫ ਥੈਮ ਵਾਰ ਗੁੱਡ ਰਨਰ ਕਾਫੀ ਵਧੀਆ ਲੌਂਗ ਰਨ ਆਪਣੇ ਟਾਰਗੇਟ ਤੱਕ ਗਈਆਂ ਸੋ ਵਧੀਆ ਰਿਹਾ ਜੀ ਸੀਪੀਆਈ ਡਾਟਾ ਆਇਆ ਵੈਨਸਡੇ ਨੂੰ ਮਾਰਨਿੰਗ ਦੇ ਵਿੱਚ ਤੇ ਉਹਦੇ ਵਿੱਚ ਐਕਸਪੈਕਟੇਸ਼ਨ ਸੀ ਸੀਪੀਆਈ ਡਾਟਾ ਦੀ ਕਿ 3.4% ਜਿਹੜੀ ਜ਼ੀਰੋ ਓਵਰ ਈਅਰ ਇਨਫਲੇਸ਼ਨ ਹੋਗੀ ਬਟ ਸਰਪ੍ਰਾਈਜ਼ਿੰਗਲੀ ਉਹ ਇਹ ਆ ਕਿ ਉਸ ਤੋਂ ਵੀ ਵਧੀਆ ਆਇਆ ਸੀਪੀਆਈ ਡਾਟਾ ਤੇ ਉਹ 3.3% ਹੀ ਰਿਹਾ ਜਿਹਦੇ ਕਰਕੇ ਮਾਰਕੀਟ ਦੇ ਵਿੱਚ ਉਸ ਦਿਨ ਵੀ ਥੋੜੀ ਜਿਹੀ ਹਾਈਪ ਰਹੀ ਟਿਊਸਡੇ ਨੂੰ ਵੀ ਯਾ ਸੌਰੀ ਵੈਂਸਡੇ ਨੂੰ ਸੋ ਇਨਫਲੇਸ਼ਨ ਥੱਲੇ ਆ ਰਹੀ ਹੈ ਹੌਲੀ ਹੌਲੀ which is good ਬਟ ਉਸ ਤੋਂ ਬਾਅਦ ਕੀ ਸੀ ਕਿ ਸੇਮ ਡੇ ਅੰਕਲ ਜੇਰਮ ਪੌਲ ਆਏ ਤੇ ਉਹਨਾਂ ਨੇ ਜਿਹੜੀ ਆਪਣੀ FOMC ਦੀ ਮੀਟਿੰਗ ਹੀ ਉਹਦੀ ਸਟੇਟਮੈਂਟ ਦਿੱਤੀ ਹੋਈ ਸੀ ਉਹਦੇ ਵਿੱਚ ਪਹਿਲਾਂ ਤੇ ਇਹ ਆਸ ਲਗਾਈ ਜਾ ਰਹੀ ਸੀ ਉਹਨਾਂ ਦੇ ਅਕੋਰਡਿੰਗ ਕਿ ਇਸ ਸਾਲ ਦੇ ਵਿੱਚ ਤਿੰਨ ਇੰਟਰਸਟ ਰੇਟ ਕੱਟ ਹੋਣਗੇ ਬਟ ਹੁਣ ਉਹਨਾਂ ਨੇ ਤਿੰਨ ਤੋਂ ਇੱਕ ਤੇ ਲੈ ਆਂਦਾ ਇੱਕ ਇੰਟਰਸਟ ਰੇਟ ਕੱਟ ਹੋਣਾ ਉਹ ਵੀ ਉਹਨਾਂ ਨੇ ਸ਼ੋਰ ਨਹੀਂ ਕਿਹਾ that is maybe ਕਿ ਹੋ ਸਕਦਾ ਉਹ ਨਹੀਂ ਵੀ ਸਕਦਾ ਐਂਡ ਇਟ ਵਿਲ ਬੀ ਟੋਟਲੀ ਡਾਟਾ ਡਿਪੈਂਡੈਂਟ ਕਿ ਜੋ ਆਉਣ ਵਾਲੇ ਮੰਥ ਦੇ ਵਿੱਚ ਕੀ ਇਨਫਲੇਸ਼ਨ ਇਦਾਂ ਹੀ ਥੱਲੇ ਡਿੱਗੀ ਜਾਂਦੀ ਆ 3.3 ਤੋਂ 3.2 ਤੇ ਆ ਜਾਂਦੀ ਆ ਬਾਕੀ ਜਿਹੜੀ ਜੋਬ ਰਿਪੋਰਟ ਇਦਾਂ ਹੀ ਸਟਰੋਂਗ ਰਹਿੰਦੀ ਆ ਸਾਰਾ ਕੁਝ ਸੋ ਉਸ ਤਰੀਕੇ ਨਾਲ ਪੀਸੀਈ ਡਾਟਾ ਵੀ ਜਿਹੜਾ ਕੰਟੀਨਿਊਸ ਡ੍ਰੌਪ ਹੋਈ ਜਾਂਦਾ ਜਿਹੜਾ ਕਿ ਥੋੜਾ ਜਿਹਾ ਲੈਗ ਕਰਦਾ ਬਟ ਉਹ ਵੀ ਡ੍ਰੌਪ ਹੋਣਾ ਚਾਹੀਦਾ ਆ ਸੀਪੀਆਈ ਡਾਟੇ ਦੇ ਵਾਂਗੂ ਸੋ ਜੇ ਉਹ ਸਾਰੀਆਂ ਚੀਜ਼ਾਂ ਮੰਥ ਓਵਰ ਮੰਥ ਥੱਲੇ ਆਈ ਜਾਂਦੀਆਂ ਇਨਫਲੇਸ਼ਨ ਥੱਲੇ ਆਈ ਜਾਂਦੀ ਆ ਜੌਬਸ ਸਟਰੋਂਗ ਰਹਿੰਦੀਆਂ ਇਕਨੋਮੀ ਸਟਰੋਂਗ ਰਹਿੰਦੀ ਆ ਤੇ ਚਾਂਸਸ ਹੈਗੇ ਨੇ ਕਿ ਸ਼ਾਇਦ ਇਹ ਇੰਟਰਸਟ ਰੇਟ ਆ ਕੱਟ ਕਰਨਾ ਸ਼ੁਰੂ ਕਰ ਦੇਣ ਜਾਂ ਸਰਪ੍ਰਾਈਜ਼ਿੰਗਲੀ ਇੱਕਦਮ ਅਨਇੰਪਲੋਇਮੈਂਟ ਰੇਟ ਬਹੁਤ ਜ਼ਿਆਦਾ ਵਧਣਾ ਸ਼ੁਰੂ ਹੋ ਜੇ ਫਿਰ ਵੀ ਇਹਨਾਂ ਨੂੰ ਇੰਟਰਸਟ ਰੇਟ ਕੱਟ ਕਰਨਾ ਪੈਣਾ ਕਿਉਂਕਿ ਫਿਰ ਜਿਹੜਾ ਮਿਡਲ ਕਲਾਸ ਦੇ ਉੱਪਰ ਆ ਬਹੁਤ ਜ਼ਿਆਦਾ ਪ੍ਰੈਸ਼ਰ ਵੱਜ ਜਾਣਾ ਮੰਗਾਈ ਦਾ ਸੋ ਇੱਕਦਾਂ ਇੰਟਰਸਟ ਰੇਟ ਕੱਟ ਹੋ ਸਕਦਾ ਤੀਸਰੀ ਚੀਜ਼ ਜਿਹੜੀ ਇੰਟਰਸਟ ਰੇਟ ਦੇ ਵਿੱਚ ਜੌਬ ਰਿਪੋਰਟ ਤੇ ਇਨਫਲੇਸ਼ਨ ਤੋਂ ਬਾਅਦ ਆ ਜਾਂਦੀ ਹੈ ਜੀ ਪੋਲਿਟਿਕਸ ਸੋ ਜਿਹੜੀ ਇਲੈਕਸ਼ਨ ਆ ਰਹੀਆਂ ਨੇ ਨਵੰਬਰ ਦੇ ਵਿੱਚ ਸੋ ਉਸ ਤੋਂ ਪਹਿਲਾਂ ਜੇ ਇਲੈਕਸ਼ਨ ਦੇ ਦਬਾਅ ਦੇ ਕਰਕੇ ਇੱਕ ਅੱਧਾ ਇੰਟਰਸਟ ਰੇਟ ਕੱਟ ਕਰਨਾ ਹੋਇਆ ਮੇਬੀ ਨੈਕਸਟ ਵਾਲੀ ਮੀਟਿੰਗ ਦੇ ਵਿੱਚ ਆਪਾਂ ਨੂੰ ਉਹਦਾ ਰਿਜ਼ਲਟ ਜਾਂ ਉਸ ਤੋਂ ਅਗਲੀ ਵਾਲੀ ਦੇ ਵਿੱਚ ਮਿਲ ਜੂਗਾ ਤੇ ਕਿਉਂਕਿ ਨੈਕਸਟ ਆਉਣੀ ਹੈ ਜੁਲਾਈ 30 31 ਨੂੰ ਤੇ ਉਸ ਤੋਂ ਬਾਅਦ ਇੱਕ ਮੈਨੂੰ ਲੱਗਦਾ ਸਤੰਬਰ ਦੇ ਵਿੱਚ ਮੀਟਿੰਗ ਹੈ ਸੋ ਸ਼ਾਇਦ ਸਤੰਬਰ ਵਾਲੀ ਮੀਟਿੰਗ ਤੁਹਾਨੂੰ ਮੈਂ ਆਲਵੇਜ਼ ਕਹਿ ਰਿਹਾ ਕਿ ਸਤੰਬਰ ਵਾਲੀ ਮੀਟਿੰਗ ਹੈ ਜਿਹੜੀ ਉਹ ਬਹੁਤ ਜ਼ਿਆਦਾ ਡਿਸਾਈਸਿਵ ਹੋਊਗੀ ਉਹਦੇ ਵਿੱਚ ਆਪਾਂ ਨੂੰ ਪਤਾ ਲੱਗਣਾ ਕਿ ਕੀ ਹੋਣਾ ਜੇ ਰੇਟ ਕੱਟ ਵੀ ਹੋਇਆ ਤੇ ਸ ਜਸਤੋ ਉਲਟ ਵੀ ਕੁਝ ਕਰਨਾ ਹੋਇਆ ਤਾਂ ਸਪਟੰਬਰ ਵਾਲੀ ਦੇ ਵਿੱਚ ਆਪਾਂ ਨੂੰ ਕਾਫੀ ਕੁਝ ਕਲੀਅਰ ਹੋ ਜੂਗਾ ਉਸ ਮੀਟਿੰਗ ਦੇ ਵਿੱਚ ਸੋ ਉਹਨੂੰ ਆਪਾਂ ਦੇਖਦੇ ਹਾਂ ਕੀ ਹੁੰਦਾ ਹੈ ਸੋ ਇਹ ਗੱਲਬਾਤ ਸੀ ਜੀ ਅੰਕਲ ਜੇਰਮ ਬਾਲ ਦੀ ਮੀਟਿੰਗ ਦੇ ਵਿੱਚ ਜੋ ਬਾਹਰ ਨਿਕਲ ਕੇ ਆਈ ਆ ਸੋ ਗੁੱਡ ਫਾਰ ਦਾ ਮਾਰਕੀਟ ਮਾਰਕੀਟ ਨੇ ਉਦੋਂ ਵੀ ਥੋੜਾ ਜਿਹਾ ਸਾਈਡਵੇਸ ਚੱਲੀ ਕੋਈ ਵਧੀਆ ਰਨ ਦੇ ਨਹੀਂ ਸੀ ਹੋਇਆ ਜੇ ਆਪਾਂ ਐਫਓਐਮਸੀ ਵਾਲੀ ਜਿਹੜੀ ਆਪਾਂ ਯੂਜੂਲੀ ਟ੍ਰੇਡ ਕਰਦੇ ਹੁੰਦੇ ਹੁੰਨੇ ਆ ਕਰੀ ਪ੍ਰੋਫਿਟ ਬਣਾ ਕੇ ਦਿੱਤਾ ਬਟ ਇੱਕ ਜਿਹੜੀ ਹਾਈਪ ਹੁੰਦੀ ਸੀ ਉਹ ਨਹੀਂ ਸੀ ਹੋਈ ਬਟ ਸਟਿਲ ਹੋਈ ਮੇਡ ਪ੍ਰੋਫਿਟ ਇਨ 댓 ਟ੍ਰੇਡ ਥ ਜਿਰੋਂ ਪਾਵਲ ਨੈਕਸਟ ਵੀਕ ਦੇ ਵਿੱਚ ਕੀ ਆ ਰਿਹਾ ਜੀ ਸੋ ਨੈਕਸਟ ਵੀਕ ਬਹੁਤ ਐਕਸਾਈਟਿੰਗ ਨਹੀਂ ਹੈਗਾ ਮਾਰਕੀਟ ਦੇ ਵਿੱਚ ਬਹੁਤ ਜਿਆਦੇ ਜਿਆਦੇ ਜਿਹੜੇ ਆਪਾਂ ਮੈਗਨੀਫੀਸੈਂਟ 7 ਸਟਾਕ ਆ ਜਿੱਦਾਂ ਐਪਲ ਮਾਈਕਰੋਸਾਫਟ ਮੈਡਨ ਮੈਟਾ ਨਵਿਡੀਆ ਆਗੇ ਸੋ ਗੂਗਲ ਸੋ ਐਮਾਜ਼ਨ ਇਹ ਸਾਰੇ ਸਟਾਕ ਇੱਕ ਉਸ ਏਰੀਆ ਚ ਪਹੁੰਚ ਗਏ ਜਿਹਨੂੰ ਓਵਰਸੋਲਡ ਏਰੀਆ ਕਿਹਾ ਜਾਂਦਾ ਸੋ ਖਾਸ ਕਰਕੇ ਟੈਕ ਸੈਕਟਰ ਬਾਕੀ ਦੀ ਆਪਾਂ ਸਾਰੇ ਕਹਿ ਸਕਦੇ ਖਾਸ ਕਰਕੇ ਜਿਹੜੇ ਟੈਕ ਵਾਲੇ ਸਟਾਕ ਆ ਸੋ ਥੋੜੀ ਬਹੁਤ ਸੈਲਿੰਗ ਹੋ ਸਕਦੀ ਹੈ ਨਾਲ ਦੀ ਨਾਲ ਨੈਕਸਟ ਵੀਕ ਇੱਕ ਸ਼ਾਰਟ ਵੀਕ ਆ ਮਾਰਕੀਟ ਦੇ ਵਿੱਚ ਟੋਟਲੀ ਡਿਫਰੈਂਟ ਵੀਕ ਮੋਸਟਲੀ ਆਪਾਂ ਸ਼ਾਰਟ ਵੀਕ ਦੇਖਦੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਫਰਾਈਡੇ ਤੇ ਜਾਂ ਮੰਡੇ ਨੂੰ ਛੁੱਟੀ ਹੁੰਦੀ ਆ ਨੈਕਸਟ ਵੀਕ ਆ ਕਿ ਵੈਨਸਡੇ ਨੂੰ ਛੁੱਟੀ ਆ ਇਸ ਕਰਕੇ ਵੀਕ ਪੂਰਾ ਡਿਵਾਈਡ ਹੋ ਗਿਆ ਜੀ ਮੰਡੇ ਟਿਊਜ਼ਡੇ ਮਾਰਕੀਟ ਓਪਨ ਵੈਨਸਡੇ ਛੁੱਟੀ ਥਰਸਡੇ ਫਰਾਈਡੇ ਮਾਰਕੀਟ ਓਪਨ ਸੋ ਦੇਖਦੇ ਆ ਕਿਦਾਂ ਵੀਕ ਚੱਲਦਾ ਜਾ ਥੋੜਾ ਜਿਹਾ ਬਟ ਸਟਿਲ ਲੁਕਿੰਗ ਫਾਰ ਮੇਬੀ ਸਮ ਸਾਈਡਵੇਜ਼ ਮੂਵ অর ਡ੍ਰੌਪ ਖਾਸ ਕਰਕੇ ਟੈਕ ਸਟਾਕਾਂ ਦੇ ਕਰਕੇ ਕਿਉਂਕਿ ਓਵਰਸੋਲਡ ਟੈਰੀਟਰੀ ਦੇ ਵਿੱਚ ਚੱਲ ਗਿਆ ਸੋ ਸ਼ਾਇਦ ਉੱਥੇ ਥੋੜਾ ਜਿਹਾ ਮੋਮੈਂਟਮ ਸਲੋ ਹੋਵੇ ਸੋ ਇਹ ਨਹੀਂ ਮੈਂ ਕਹਿ ਰਿਹਾ ਕਿ ਬਾਲਾ ਹੀ ਜ਼ਿਆਦਾ ਡਿੱਗ ਜੂਗਾ ਬਟ ਸਾਈਡਵੇਜ਼ ਜਾਂ ਥੋੜੀ ਬਹੁਤੀ ਡ੍ਰੌਪ ਐਕਸਪੈਕਟ ਕਰ ਸਕਦੇ ਆ ਨੈਕਸਟ ਵੀਕ ਦੇ ਵਿੱਚ ਨਾਲ ਦੀ ਨਾਲ ਇਹ ਆ ਕਿ ਕਾਰਨ ਇਹ ਆ ਕਿ ਸ਼ਾਰਟ ਵੀਕ ਆ ਬਾਲਾ ਸ਼ਾਇਦ ਵੋਲੀਅਮ ਨਾ ਵੀ ਆਵੇ ਮੇਮੰਥ ਦਾ ਰੀਟੇਲ ਸੇਲਸ ਡਾਟਾ ਆਊਗਾ ਜੀ ਟਿਊਸਡੇ ਨੂੰ ਸੋ ਉਹਦੇ ਕਰਕੇ ਮਾਰਕੀਟ ਦੇ ਵਿੱਚ ਟਿਊਸਡੇ ਮਾਰਨਿੰਗ ਦੇ ਵਿੱਚ ਥੋੜੀ ਹਾਈਪ ਹੋ ਸਕਦੀ ਆ ਧਿਆਨ ਦੇ ਨਾਲ ਦੇਖਣਾ ਆ ਸਟਾਕ ਮਾਰਕੀਟ ਦੇ ਵਿੱਚ ਜਿਹੜੀ ਐਕਸਟਰਾ ਵੋਲੇਟਿਲਟੀ ਆ ਸਕਦੀ ਆ ਫਰਾਈਡੇ ਨੂੰ ਕਿਉਂਕਿ ਟ੍ਰਿਪਲ ਵਿਚਿੰਗ ਡੇ ਆ ਜੇ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਕਿ ਟ੍ਰਿਪਲ ਵਿਚਿੰਗ ਡੇ ਕੀ ਹੁੰਦਾ ਆ ਤੇ ਤੁਸੀਂ ਆਪਣੀ ਜਿਹੜੀ ਵੈਬਸਾਈਟ ਆ stocktopforyou.com ਉੱਤੇ ਚਲ ਜਾਣਾ ਆ ਤੇ ਉੱਤੇ ਲਰਨਿੰਗ ਸੈਂਟਰ ਦੇ ਵਿੱਚ ਜਾਇਓ ਤੇ ਤੁਹਾਨੂੰ ਟ੍ਰਿਪਲ ਵਿਚਿੰਗ ਡੇ ਦਾ ਇੱਕ ਬਲੌਗ ਮਿਲ ਜੂਗਾ ਲਿਖਿਆ ਹੋਇਆ ਤੇ ਉਹਦੇ ਵਿੱਚ ਪੜ ਲਿਓ ਕੀ ਹੁੰਦਾ ਡੀਟੇਲ ਦੇ ਵਿੱਚ ਬਟ ਤੁਹਾਨੂੰ ਮੈਂ ਥੋੜਾ ਜਿਹਾ ਇੱਥੇ ਦੱਸ ਦਿੰਨਾ ਕਿ ਟ੍ਰਿਪਲ ਵਿਚਿੰਗ ਡੇ ਹੁੰਦਾ ਜਿੱਦਣ ਸਟਾਕ ਦੀਆਂ ਆਪਸ਼ਨਾਂ ਇੰਡੈਕਸ ਦੀਆਂ ਆਪਸ਼ਨਾਂ ਤੇ ਫਿਊਚਰ ਦੀਆਂ ਆਪਸ਼ਨਾਂ ਤਿੰਨੇ ਸੇਮ ਡੇ ਐਕਸਪਾਇਰ ਹੁੰਦੀਆਂ ਉਹਦੇ ਕਰਕੇ ਬਹੁਤ ਸਾਰੇ ਬੰਦੇ ਕਈ ਵਾਰੀ ਆਪਸ਼ਨਾਂ ਰੋਲ ਓਵਰ ਕਰਦੇ ਨੇ ਐਕਸਰਸਾਈਜ਼ ਕਰਦੇ ਨੇ ਸੋ ਉਸ ਚੀਜ਼ ਦੇ ਕਰਕੇ ਮਾਰਕੀਟ ਦੇ ਵਿੱਚ ਵੋਲੇਟਿਲਟੀ ਕਾਫੀ ਜਿਆਦੀ ਆ ਜਾਂਦੀ ਆ ਸੋ ਉਹ ਆਪਾਂ ਦੇਖਾਂਗੇ ਖਾਸ ਕਰਕੇ ਲਾਸਟ ਆਵਰ ਦੇ ਵਿੱਚ ਕਈ ਵਾਰੀ ਹੁੰਦਾ ਜਾਂ ਮਾਰਨਿੰਗ ਤੋਂ ਹੀ ਹੋਣਾ ਸ਼ੁਰੂ ਹੋ ਜਾਂਦਾ ਸੋ ਫਰਾਈਡੇ ਮਾਰਕੀਟ ਆਪਾਂ ਨੂੰ ਲੱਗਦਾ ਕਿ ਕੋਈ ਮੇਬੀ ਵਨ ਸਾਈਡਡ ਮੂਵ ਹੋਵੇ ਪਰ ਵੋਲੇਟਿਲਟੀ ਆਉਣ ਦੇ ਕਾਫੀ ਜ਼ਿਆਦਾ ਚਾਂਸ ਹੋਣਗੇ ਫਰਾਈਡੇ ਸੋ ਅਗੇਨ ਜਿੰਨੂੰ ਨਹੀਂ ਪਤਾ ਟ੍ਰਿਪਲ ਵਿਚਿੰਗ ਕੀ ਹੁੰਦਾ ਥੋੜਾ ਜਿਹਾ ਡੀਟੇਲ ਚ ਪੜਨਾ ਆ ਤੇ ਲਰਨਿੰਗ ਸੈਂਟਰ ਦੇ ਵਿੱਚ ਚੱਲ ਜਿਓ ਉੱਥੇ ਬਲੌਗ ਹੈਗਾ ਮੈਂ ਮਾਰਨਿੰਗ ਦੇ ਵਿੱਚ ਟੈਲੀਗ੍ਰਾਮ ਗਰੁੱਪ ਦੇ ਵਿੱਚ ਵੀ ਆਪਣੇ ਸ਼ੇਅਰ ਕਰਿਆ ਹੋਇਆ ਸੀ ਸੋ ਜੇ ਕੋਈ ਟੈਲੀਗ੍ਰਾਮ ਗਰੁੱਪ ਦੇ ਵਿੱਚ ਹੈਗਾ ਤੇ ਉਹਨੇ ਰੀਡ ਕਰ ਲਿਆ ਹੋਊਗਾ ਸੋ ਨੈਕਸਟ ਆਪਾਂ ਜਿਹੜੇ ਚਾਰਟ ਆ ਤੇ ਉਹਦੇ ਐਂਟਰੀ ਐਗਜ਼ਿਟ ਪੁਆਇੰਟ ਆ ਉਹਨਾਂ ਦੀ ਗੱਲਬਾਤ ਕਰਦੇ ਆਂ ਸੋ ਅਰਨਿੰਗਸ ਆ ਰਹੀਆਂ ਜੀ ਨੈਕਸਟ ਵੀਕ ਦੇ ਵਿੱਚ ਕੋਈ ਬਾਲੀਆਂ ਖਾਸ ਨਹੀਂ ਮੈਂ ਕਹਾਂਗਾ ਮੋਸਟਲੀ ਜਿਹੜੀਆਂ ਅਰਨਿੰਗਸ ਆ ਉਹ ਨਿਕਲ ਗਈਆਂ ਵਧੀਆ ਕਈ ਬਿਗ ਮੂਵਰ ਵੀ ਹੋਏ ਤੇ ਕਈ ਬాలే ਨਹੀਂ ਵੀ ਹੋਏ ਲਾਸਟ ਵੀਕ ਦੇ ਵਿੱਚ ਵੀ ਕੋਈ ਇੰਨੀ ਐਕਸਾਈਟਡ ਵਾਲੀ ਐਕਸਾਈਟਮੈਂਟ ਵਾਲੀ ਅਰਨਿੰਗ ਨਹੀਂ ਸੀ ਹੈਗੀ ਜਸਟ AVGO ਦੇ ਵਿੱਚ ਕਾਫੀ ਹਾਈਪਾਈ ਕਿਉਂਕਿ AVGO ਨੇ ਕੀ ਅਨਾਉਂਸ ਕਰ ਦਿੱਤਾ ਕਿ ਅਸੀਂ ਜਿਹੜਾ ਆ ਸੇਮ ਚੀਜ਼ ਜੋ ਨਵਿਡੀਆ ਨੇ કરી ਸੀ ਕਿ 1 ਫੋਰ 10 ਸਟਾਕ ਸਪਲਟ ਉਹ ਵੀ ਅਸੀਂ ਕਰਾਂਗੇ ਉਹਦੇ ਕਰਕੇ ਸਟਾਕ ਉਹਦਾ ਕਾਫੀ ਜ਼ਿਆਦਾ ਉੱਪਰ ਗਿਆ ਹੁਣ ਮੈਨੂੰ ਲੱਗਦਾ ਕਿ ਨੈਕਸਟ ਆਉਣ ਵਾਲੇ ਸਟਾਕ ਜਿੱਦਾਂ ਮੈਂ ਟਵਿੱਟਰ ਦੇ ਉੱਪਰ ਵੀ ਸ਼ੇਅਰ ਕਰਿਆ ਸੀ ਕਿ ਦੋ ਸਟਾਕ ਮੈਨੂੰ ਲੱਗਦੇ ਨੇ ਜਿਨ੍ਹਾਂ ਦੇ ਵਿੱਚ ਸਟਾਕ ਸਪਲਿਟ ਹੋ ਸਕਦੀ ਹੈ ਐਸ ਐਮ ਸੀ ਆਈ ਤੇ ਦੂਸਰਾ ਐਮ ਐਸ ਟੀ ਆਰ ਮਾਈਕਰੋ ਸਟ੍ਰੈਟੇਜੀ ਸੋ ਨੈਕਸਟ ਜਿਹੜੀ ਅਰਨਿੰਗ ਆ ਜੀ ਮੋਸਟ ਪ੍ਰੋਬਬਲੀ ਵੀ ਵਿਲ ਬੀ ਪਲੇਇੰਗ ਐਸ ਐਮ ਸੀ ਆਈ ਅਰਨਿੰਗ ਇਸ ਹਾਸ ਤੇ ਵਿੱਚ ਕਿ ਸ਼ਾਇਦ ਉਹ ਵੀ ਸਟਾਕ ਸਪਲਿਟ ਅਨਾਉਂਸ ਕਰ ਦੇਣ ਜੇ ਉਦੋਂ ਕੋ ਉਹਨਾਂ ਦਾ ਸਟਾਕ ਅਨਾਉਂਸ ਹੋ ਜਾ ਡਾਲਰ ਦੇ ਨੇੜੇ ਤੇੜੇ ਰਹਿੰਦਾ ਵਾ ਤੇ ਲਾਈਵ ট্রেਡਿੰਗ ਬਾਕੀ ਜਿੰਨੇ ਸਬਸਕ੍ਰਾਈਬ ਕਰਨਾ ਜਿਹਦੇ ਵਿੱਚ ਆਪਣੇ ਅਲਰਟ ਹੁੰਦੇ ਐਵਰੀ ਡੇ ਜਦੋਂ ਮਾਰਕੀਟ ਚੱਲਦੀ ਆ ਕਿ ਕਿੱਥੋਂ ਤੁਸੀਂ ਐਂਟਰ ਹੋ ਸਕਦੇ ਹੋ ਸਟਾਕ ਐਂਡ ਆਪਸ਼ਨ ਦੇ ਸੋ ਜੇ ਤੁਹਾਡੇ ਚ ਕੋਈ ਸਟਾਕ ਤੇ ਆਪਸ਼ਨ ਦਾ ਟ੍ਰੇਡ ਕਰਦਾ ਜਾਂ ਕਰਨਾ ਚਾਹੁੰਦਾ ਹੈ ਤੇ ਉਹ ਲਾਈਵ ਟਰੇਡਿੰਗ ਸਬਸਕ੍ਰਾਈਬ ਕਰ ਸਕਦਾ ਉੱਥੇ ਇਦਾਂ ਚਾਰਟ ਚੱਲ ਰਹੇ ਹੁੰਦੇ ਆ ਕੱਲੀ-ਕੱਲੀ ਚੀਜ਼ ਦੀ ਤੁਹਾਨੂੰ ਇਨ ਡੈਪਥ ਐਕਸਪਲੇਨੇਸ਼ਨ ਹੁੰਦੀ ਹੈ ਕਿ ਕਿਉਂ ਚਾਰਟ ਦੇ ਵਿੱਚ ਐਂਟਰ ਹੋ ਨੇ ਇਹ ਨਹੀਂ ਆ ਕਿ ਕੱਲਾ ਬਸ ਇੱਥੇ ਐਂਟਰ ਹੋ ਜੂਜੀ ਇਦਾਂ ਛੱਡ ਦਿਓ ਸੋ ਹਰ ਇੱਕ ਚੀਜ਼ ਦਾ ਤੁਹਾਨੂੰ ਕਾਰਨ ਦੱਸਿਆ ਜਾਂਦਾ ਰੀਜ਼ਨ ਬਿਹਾਈਂਡ ਇਟ ਕਿ ਕੀ ਕਾਰਨ ਕਿਉਂ ਐਂਟਰ ਹੋ ਰਹੇ ਆ ਕਿਉਂ ਨਹੀਂ ਐਂਟਰ ਹੋ ਰਹੇ ਆ ਕਿਉਂ ਇਸ ਸਟ੍ਰੀਟ ਦੇ ਵਿੱਚ ਆਪਾਂ ਜਿਆਦਾ ਥੋੜੀ ਜੀ ਕੌਨਫੀਡੈਂਸ ਦੇ ਨਾਲ ਜਾ ਰਹੇ ਹਾਂ ਕਿਉਂ ਘੱਟ ਦੇ ਨਾਲ ਜਾ ਰਹੇ ਹਾਂ ਕਿਹੜੇ ਏਰੀਆ ਤੋਂ ਹੋ ਰਹੇ ਆ ਕਿਉਂ ਹੋ ਰਹੇ ਆ ਇਹਨਾਂ ਡੈਫਟ ਤੁਹਾਨੂੰ ਸਾਰੀਆਂ ਚੀਜ਼ਾਂ ਜਾਨੀ ਕਿ ਆਨ ਗoing ਲਰਨਿੰਗ ਵੀ ਨਾਲ ਦੀ ਨਾਲ ਹੁੰਦੀ ਹੈ ਜੀ ਚਾਰਟਸ ਤਿਆਰੀ ਇਹਦੇ ਸੋ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਚਾਰਟ ਵਾਲੇ ਮੈਂ ਅੱਜ ਨਹੀਂ ਦੇਖੇ ਬਟ ਲੈਟਸ ਕੀਪ ਕਮਿੰਗ ਯੋਰ ਕੁਐਸਚਨ ਤੇ ਡੇ ਟ੍ਰੇਡਿੰਗ ਦੀ ਮੋਸਟਲੀ ਫੋਕਸ ਕਰਾਂਗੇ ਕੋਈ ਮੈਂ ਤੁਹਾਨੂੰ ਲੌਂਗ ਡੀਲ ਜਾਂ ਇਦਾਂ ਚਾਰਟ ਨਹੀਂ ਦੱਸੂਗਾ ਬਟ ਮੇਰੇ ਜਿਹੜੇ ਚਾਰਟ ਹੋਣਗੇ ਜੀ ਆਈ ਵਿਲ ਬੀ ਟਾਕਿੰਗ ਅਬਾਊਟ ਡੇ ਸੋ ਲੈਟਸ ਸਟਾਰਟ ਵਿਦ ਗੂਗਲ ਗੂਗਲ ਦਾ ਹੀ ਸਟਾਕ ਦਾ ਹੀ ਚਾਰਟ ਖੁੱਲਿਆ ਹੋਇਆ ਜੀ ਸੋ ਗੂਗਲ ਦਾ ਆਪਣਾ ਏਰੀਆ ਹੈਗਾ ਸੀ ਬੜਾ ਵਧੀਆ ਟੌਪ ਵਾਲਾ ਜਿਹੜਾ ਆ ਵਾਲਾ ਸੋ 180 350 ਕਹੜਾ ਉਹਦੇ ਤੱਕ ਨਹੀਂ ਗਿਆ ਬਟ ਮੈਨੂੰ ਸਟਿਲ ਲੱਗਦਾ ਕਿ ਗੂਗਲ ਨੇ ਕੀ ਕੀਤਾ ਜਿਹੜਾ ਇੱਥੇ ਮਿਡਲ ਦੇ ਵਿੱਚ ਇੱਕ ਏਰੀਆ ਬਣਿਆ ਹੋਇਆ ਸੀ 180 ਵਾਲਾ ਉੱਤੋਂ ਥੋੜਾ ਜਿਹਾ ਉੱਪਰ ਜਾ ਕੇ ਵਧੀਆ ਰਿਜੈਕਸ਼ਨ ਮਿਲੀ ਆ ਵਾਪਸ ਜਾ ਰਿਹਾ ਜੇ ਆਪਾਂ ਦੇਖੀਏ ਤਾਂ ਸ਼ਾਇਦ ਇਹਦਾ ਟ੍ਰੈਂਡ ਥੋੜਾ ਜਿਹਾ ਵੀਕ ਹੋਣਾ ਸ਼ੁਰੂ ਹੋਇਆ ਯੈਸ ਨਿਊ ਲੋ ਨਿਊ ਲੋ ਨਿਊ ਲੋ ਸੋ ਫਿਰ ਜੀ ਆਪਾਂ ਨੂੰ ਉਹੀ 180 ਜਾਂ 182 ਵਾਲੇ ਏਰੀਆ ਦੇ ਵਿੱਚ ਰੀਟੈਸਟ ਮਿਲਦਾ ਈਵਨ ਕਿ 180 ਵਾਲੇ ਦੇ ਵਿੱਚ ਹੀ ਰੀਟੈਸਟ ਮਿਲਦਾ ਨੈਕਸਟ ਵੀਕ ਦੇ ਵਿੱਚ ਤਾਂ ਵਧੀਆ ਸ਼ਾਰਟ ਵਾਲੀ ਇੱਕ ਟਰੇਡ ਮਿਲ ਸਕਦੀ ਆ ਗੂਗਲ ਦੇ ਵਿੱਚ ਜੇ ਕਿਸੇ ਨੇ ਕਰਨੀਆਂ ਦਾ ਸੋ ਬਹੁਤ ਸਾਰੇ ਵੀਰ ਆਹ ਸਟਾਕ ਬਾਰੇ ਪੁੱਛ ਰਹੇ ਅੱਜ ਸੋ ਲੈਟਸ ਗੋ ਟੂ ਐਸ ਐਮ ਸੀ ਆਈ ਆ ਡੋਨਟ نو ਵਾਟ ਇਜ਼ ਦਾ ਰੀਜ਼ਨ ਬਟ ਇਹ ਸਟਾਕ ਬਾਰੇ ਕਾਫੀ ਜਾਣੇ ਮੈਨੂੰ ਪੁੱਛ ਰਹੇ ਸੀ ਟਿਕਟੌਕ ਤੇ ਲਾਈਵ ਤੇ ਵੀ ਖੁਲ ਜਾ ਸਿੰਮ ਸਿੰ ਕੋਲੀ ਨਹੀਂ ਰਿਹਾ ਜੀ Attempting to retrieve data. So let's go to another one. Tesla द खोल द। कोई भी नहीं खोल रही आजी। Wait करियो। Something is wrong. Hold on. ਦੂਸਰੇ ਚਾਰਟਸ ਦੇ ਵਿੱਚ ਮੈਂ ਮੜਾ ਰਿਹਾ ਚੇਂਜ ਕਰਕੇ ਦੇਖਦਾ ਜੀ ਹੁੰਦਾ ਕਿਹਦੇ ਵਿੱਚ ਦਾ ਸਮਸੀ ਆਈ ਸੋ ਕਿਸੇ ਦੇ ਵਿੱਚ ਵੀ ਨਹੀਂ ਆ ਮੇਬੀ ਬ੍ਰੋਕਰ ਦਾ ਹੀ ਕੋਈ ਚੱਕਰ ਆ ਜੀ ਜਿਹਦੇ ਕਰਕੇ ਓਪਨ ਨਹੀਂ ਹੋ ਰਹਾ ਸੋ ਜੇ ਨਹੀਂ ਹੁੰਦੇ ਤੇ ਮੈਂ ਫਿਰ ਕਰਦਾ ਜੀ ਆਪਾਂ ਟ੍ਰੇਡਿੰਗ ਊਪਨ ਕਰ ਲੈਂਦੇ ਆ ਕੋਈ ਚੱਕਰ ਨਹੀਂ ਸੋ ਹੀ ਹੈਵ ਆਲ ਦਾ ਹਲਸ ਸੋ ਜੇ ਨਹੀਂ ਚੱਲਦਾ ਤੇ ਲਿਆਓ ਜੀ ਟ੍ਰੇਡਿੰਗ ਊਪਨ ਲਾ ਆਉਂਦੇ ਆ ਆਪਾਂ ਸੋ ਟ੍ਰੇਡਿੰਗ 뷰 ਆ ਗਿਆ ਜੀ ਤੁਹਾਡੇ ਸਾਹਮਣੇ ਸੋ ਟ੍ਰੇਡਿੰਗ 뷰 ਤੇ ਲਾ ਲੈਂਦੇ ਆ ਜਿਹੜੀਆਂ ਆਪਾਂ ਮੂਵਿੰਗ ਐਵਰੇਜ ਆ ਥੋੜੀਆਂ ਜੀਆਂ ਦੇਖਣੀਆਂ ਸੋ ਐਵਰੀਥਿੰਗ ਇਜ਼ ਰਾਈਟ ਹੇਅਰ ਸੋ ਆਪਾਂ ਚੱਲੇ ਸੀ ਜੀ ਐਸਐਮਸੀ ਹੈ ਜੀ ਸਟਾਕ ਦੇ ਉੱਪਰ ਸੋ ਇਦਾਂ ਬੈਕਅੱਪ ਹੋਣਾ ਚਾਹੀਦਾ ਇਹ ਤੁਹਾਡੇ ਕੋਲ ਮੈਂ ਆਲਵੇਜ਼ ਕਹਿੰਦਾ ਹੁੰਨਾ ਕਿ ਜਦੋਂ ਤੁਹਾਨੂੰ ਟਰੇਡ ਕਰਦੇ ਹੋ ਤੇ ਤੁਹਾਨੂੰ ਫੋਨ ਤੇ ਵੀ ਬ੍ਰੋਕਰ ਚਲਾਉਣਾ ਆਉਣਾ ਚਾਹੀਦਾ ਜੇ ਤੁਸੀਂ ਚਾਹੇ ਲੈਪਟਾਪ ਤੇ ਟਰੇਡ ਕਰਦੇ ਹੋ ਜੇ ਲੈਪਟਾਪ ਤੇ ਟਰੇਡ ਕਰਦੇ ਹੋ ਔਰ ਸੌਰੀ ਫੋਨ ਤੇ ਟਰੇਡ ਕਰਦੇ ਹੋ ਤੇ ਲੈਪਟਾਪ ਤੇ ਵੀ ਚਲਾਉਣਾ ਆਉਣਾ ਚਾਹੀਦਾ ਕਿਉਂਕਿ ਕਿ ਜਿਹੜੀ ਸਿਚੁਏਸ਼ਨ ਇਦਾਂ ਹੋ ਜਾਂਦੀ ਕਿ ਲੈਪਟਾਪ ਵਾਲਾ ਜਿਹੜਾ ਬਰੋਕਰ ਆ ਇੱਕ ਸੌਫਟਵੇਅਰ ਆ ਚੱਲਣਾ ਬੰਦ ਹੋ ਜਾਂਦਾ ਤੁਸੀਂ ਟ੍ਰੇਡ ਦੇ ਵਿੱਚ ਐਂਟਰ ਹੋਨੇ ਆ ਤੁਹਾਨੂੰ ਨੂੰ ਪਤਾ ਨਹੀਂ ਲੱਗਦਾ ਐਗਜ਼ਿਟ ਕਿੱਦਾਂ ਕਰਾਂ ਸੋ ਇਸ ਕਰਕੇ ਫੋਨ ਦੇ ਵਿੱਚ ਵੀ ਤੁਹਾਨੂੰ ਐਂਟਰੀ ਐਗਜ਼ਿਟ ਕਰਨੀ ਆਉਣੀ ਚਾਹੀਦੀ ਆ ਚਾਹੇ ਤੁਸੀਂ ਪ੍ਰੋਫੈਸ਼ਨਲੀ ਲੈਪਟਾਪ ਤੇ ਹੀ ਕਰਦੇ ਆ ਸੋ ਐਸਐਮਸੀਆਈ ਸਟਾਕ ਜੀ ਆ ਕਾਫੀ ਵਧੀਆ ਹਾਈਪ ਦੇ ਵਿੱਚ ਸੀ ਥਰਸਡੇ ਨੂੰ ਕਾਫੀ ਵਧੀਆ ਹਾਈਪ ਬਣੀ ਮੂਵ ਆਪ ਸੀ ਮੈਨੂੰ ਲੱਗਦਾ ਸੀ ਕਿੱਥੇ ਰੁਕ ਜਾਊਗਾ 840 ਕਾਲੇ ਏਰੀਆ ਚ ਬਟ ਨਹੀਂ ਰੁਕਿਆ ਉਸ ਤੋਂ ਥੋੜਾ ਜਿਹਾ ਉੱਪਰ ਗਿਆ आ, 50 ਡੇ ਮੂਵਿੰਗ ਐਵਰੇਜ ਨੂੰ ਹੋਲਡ ਕਰ ਰਿਹਾ ਸਟਿਲ ਚਾਂਸ ਹੈਗੇ ਨੇ ਕਿ ਸ਼ਾਇਦ ਇਹ ਹਾਈਪ ਬਣਾ ਕੇ ਤੇ 950 ਡਾਲਰ ਤੱਕ ਚਲ ਜੇ ਜੇ ਮਾਰਕੀਟ ਉੱਪਰ ਰਹਿੰਦੀ ਆ ਨਹੀਂ ਡਿੱਗਦੀ ਤੇ Nvidia ਵਗੈਰਾ ਦੀ ਹਾਈਪ ਰਹਿੰਦੀ ਹੈ ਤੇ ਜੇ ਇਹ ਹੀ 840 ਵਾਲੇ ਏਰੀਆ ਨੂੰ ਹੋਲਡ ਕਰਦਾ ਤੇ ਚਾਂਸ ਇਹਦੇ ਹੋਣਗੇ ਕਿ ਉੱਪਰ ਚਲ ਜਾਊਗਾ ਪਾਸਟ ਦੇ ਵਿੱਚ ਤੁਸੀਂ ਕੀ ਦੇਖਿਆ ਸੇਮ ਚੀਜ਼ ਆਪਾਂ ਹੁੰਦੀ ਦੇਖੀ ਹੈ ਕਿ 50 ਡੇ ਮੂਵਿੰਗ ਐਵਰੇਜ ਤੋਂ ਥੋੜਾ ਜਿਹਾ ਉੱਪਰ ਫਿਰ ਉੱਥੇ ਇੱਕ ਸਾਈਡਵੇ 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 ਚੱਲ ਕੇ ਤੇ ਫਿਰ ਥੱਲੇ ਡਿੱਗਦਾ ਕਾਈਂਡ ਆਫ ਸਿਮਿਲਰ ਥਿੰਗ ਇੱਥੇ ਵੀ ਹੋ ਰਹੀ ਆ 50 ਡੇ ਮੂਵਿੰਗ ਐਵਰੇਜ ਤੋਂ ਫਿਰ ਨੈਕਸਟ ਵੀ ਥੋੜਾ ਜਿਹਾ ਵੀਕ ਹੋਇਆ ਵੀਕ ਹੋਇਆ ਸੋ ਜੇ ਆ ਥੱਲੇ ਨੂੰ ਡਿੱਗਣ ਲੱਗ ਜਾਂਦਾ ਵਾ 50 ਡੇ ਮੂਵਿੰਗ ਐਵਰੇਜ ਤੋਂ ਆ ਜਾਂਦਾ ਜਾਂ 840 ਤੋਂ ਥੱਲੇ ਤੇ ਫਿਰ 840 ਤੋਂ ਥੱਲੇ ਰਹਿਣ ਦੇ ਵੀ ਚਾਂਸ ਆ ਦੋਵੇਂ ਪਾਸੇ ਨੂੰ ਦੇਖ ਸਕਦੇ ਆ 840 ਤੋਂ ਜੇ ਉੱਪਰ ਰਹਿੰਦਾ ਉੱਪਰ ਨੂੰ ਜਾਂ 840 ਤੋਂ ਥੱਲੇ ਰਹਿੰਦਾ ਤੇ ਫਿਰ ਥੱਲੇ ਨੂੰ ਆਪਾਂ ਐਸਐਮਸੀਆਈ ਨੂੰ ਨੈਕਸਟ ਵੀਕ ਦੇ ਵਿੱਚ ਦੇਖ ਸਕਦੇ ਆ ਜੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਜੀ ਬੀਟੀਸੀ ਦੀ ਕਿਉਂਕਿ ਬੀਟੀਸੀ ਦੇ ਨਾਲ ਫਿਰ ਬਾਕੀ ਕਾਇਨ ਬੇਸ ਤੇ ਹੋਰ ਸਾਰਾ ਕੁਝ ਆ ਜਾਣਾ ਹੈ ਸੋ ਬੀਟੀਸੀ ਦੇ ਵਿੱਚ ਕਾਫੀ ਲਾਈਨਾਂ ਲੁਨਨੀਆਂ ਮੈਂ ਲਾਈਆਂ ਸੋ ਇਹਨੂੰ ਕਰਦੇ ਆਂ ਡੀਲੀਟ BTC ਇੱਥੇ ਆ ਰਿਹਾ ਥੱਲੇ ਆਇਆ ਸੋ lets go to hourly candle ਦੇ ਵਿੱਚ ਕੀ ਹੋ ਰਿਹਾ ਜੀ ਤੁਹਾਨੂੰ ਮੈਂ ਤੁਹਾਨੂੰ ਕੁਇਕਲੀ ਦੱਸ ਸਕਾਂ ਸੋ BTC ਇਸ ਏਰੀਆ ਦੇ ਹੋਲਡ ਕਰਨਾ ਚਾਹੀਦਾ ਸੀ ਨਹੀਂ ਆ ਸੋ BTC ਦੇ ਥੱਲੇ ਡਿੱਗਣ ਦੇ ਚਾਂਸ ਤੇ ਥੋੜੇ ਜਿ ਬਣ ਰਹੇ ਆ ਜੀ ਕਿਉਂਕਿ ਉਹਨੇ ਉਸ ਸਟਰੋਂਗ ਇੱਕ ਏਰੀਆ ਹੋਲਡ ਨਹੀਂ ਕੀਤਾ ਜਿਹਨੂੰ ਕਰਨਾ ਚਾਹੀਦਾ ਸੀ ਤੇ ਉਥੋਂ ਰੀਟੈਸਟ ਲੈ ਕੇ ਜੇ ਥੱਲੇ ਆਉਂਦਾ ਵਾ ਤੇ ਮੋਸਟ ਪ੍ਰੋਬਬਲੀ ਡਾਊਨ ਆ ਸਕਦਾ ਆ ਬਿਟਕੋਇਨ ਕਿਉਂਕਿ ਕਾਫੀ ਇੱਕ ਸਟਰੋਂਗ ਏਰੀਆ ਤੇ ਜੇ ਤੁਸੀਂ ਦੇਖੋ ਤਾਂ ਤਿੰਨ ਰਿਜੈਕਸ਼ਨ ਹੋਈ ਫਿਰ ਉੱਪਰ ਗਿਆ ਫਿਰ ਇਸ ਏਰੀਆ ਤੋਂ ਰਜੈਕਸ਼ਨ ਆ ਫਿਰ ਜਿਹੜੀ ਸਟਰੋਂਗ ਸਪੋਰਟ ਨੂੰ ਹੋਲਡ ਕਰਨਾ ਚਾਹੀਦਾ ਸੀ ਨਹੀਂ ਕਰਿਆ 68000 ਵਾਲੀ ਨੂੰ ਹੁਣ ਜੇ ਉਸ ਤੋਂ ਥੱਲੇ ਡਿੱਗਦਾ ਤੇ ਮੋਸਟ ਪ੍ਰੋਬਬਲੀ ਥੱਲੇ ਆ ਸਕਦਾ ਬਿਟਕੋਇਨ ਦੇਖਦੇ ਆ ਨੈਕਸਟ ਵੀਕ ਦੇ ਵਿੱਚ ਥੋੜਾ ਜਿਹਾ ਆਪਾਂ ਨੂੰ ਬੀਅਰਿਸ਼ ਚੇ ਬਿਟਕੋਇਨ ਦਿਖਾਈ ਦਿੰਦਾ ਆ ਇਸ ਤੋਂ ਥੱਲੇ ਡਿੱਗਦਾ ਇਹ ਵੀ ਆਪਣੀ 50 ਦੇ ਮੂਵਿੰਗ ਐਵਰੇਜ ਹੋਲਡ ਕਰ ਲਿਆ ਡੇਲੀ ਦੇ ਵਿੱਚ ਜੇ ਇਸ ਤੋਂ ਥੱਲੇ ਡਿੱਗਦਾ ਤੇ ਮੇਬੀ ਸ਼ਾਇਦ ਸੱਚ 60000 ਵੱਲ ਨੂੰ ਆ ਜੇ ਇੱਕ ਵਾਰੀ ਡ੍ਰੌਪ ਹੋ ਜੇ ਕਿਉਂਕਿ ਪਾਸਟ ਦੇ ਵਿੱਚ ਆਪਾਂ ਕੀ ਦੇਖਿਆ ਏ ਸੀਰੀਏ ਤੋਂ ਡ੍ਰੌਪ ਹੋਇਆ ਫਿਰ ਵਾਪਸ ਇਸ ਏਰੀਏ ਤੋਂ ਡ੍ਰੌਪ ਹੋਇਆ ਠੀਕ ਹੈ ਜੀ ਫੇਰ ਵਾਪਸ ਗਿਆ ਫੇਰ ਉੱਥੇ ਰਿਜੈਕਟ ਹੋਇਆ ਮੋਸਟ ਪ੍ਰੋਬਬਲੀ ਜੀ ਇਸ ਵਾਰ ਡ੍ਰੌਪ ਹੋ ਜਾਂਦਾ 50 ਵਾਲੇ ਤੋਂ ਤੇ 60000 ਵਾਲੇ ਏਰੀਏ ਨੂੰ ਆ ਸਕਦਾ ਜੀ ਬਿਟਕੋਇਨ ਸੋ ਜੇ ਬਿਟਕੋਇਨ ਡ੍ਰੌਪ ਹੁੰਦਾ ਆ ਤੇ ਨਾਲ ਦੀ ਨਾਲ ਕਿਹੜੇ ਦੋ ਸਟਾਕ ਡ੍ਰੌਪ ਹੋਣੇ ਆ ਜਿੱਦਾਂ ਤਾਂ ਇੱਕ ਜਾਨ ਨੇ ਮੈਨੂੰ ਪੁੱਛਿਆ ਹੀ ਆ ਇੱਥੇ ਜੀ ਮਾਰਾ ਦਾ ਸਟਾਕ ਇਹ ਵੀ ਡ੍ਰੌਪ ਹੋ ਸਕਦਾ ਥੱਲੇ ਨੂੰ ਆ ਸਕਦਾ 14-15 ਡਾਲਰ ਵੱਲ ਨੂੰ ਤੇ ਨਾਲ ਕੌਇਨ ਬੇਸ ਜਿਹੜਾ ਆ ਉਹ ਵੀ ਡ੍ਰੌਪ ਹੋ ਸਕਦਾ ਜੀ ਥੱਲੇ ਆ ਸਕਦਾ ਆ ਇਦਾਂ ਹੀ ਮੈਨੂੰ ਬਿਟਕੋਇਨ ਦੀ ਸੱਚ ਇੱਕ ਟਰੈਂਡ ਲਾਈਨ ਵੀ ਯਾਦ ਆ ਕਿ ਜਿਹੜੀ ਉਸ ਦਿਨ ਆਪਾਂ ਡਰਾ ਕਰੀ ਹੋਈ ਸੀ ਨਾਟ ਸ਼્યોਰ ਜੀ ਮੈਨੂੰ ਲੱਗਦਾ ਇਹੀ ਵਾਲੀ ਸੀ ਆਈ ਥਿੰਕ ਦਿਸ ਵਾਸ ਦਾ ਵਨ ਜਿਹੜੀ ਹੋਲਡ ਕਰ ਰਹੀ ਸੀ ਸੋ ਯੈਸ ਆਈ ਥਿੰਕ ਦਿਸ ਇਸ ਦਾ ਵਨ ਜਿਹੜੀ ਥੋੜੀ ਜੀ ਹੋਲਡ ਕਰ ਰਹੀ ਹੈ ਬਿਟਕੋਇਨ ਦੀ ਟਰੈਂਡ ਲਾਈਨ ਸੋ ਜੇ ਉਸ ਤੋਂ ਥੱਲੇ ਬ੍ਰੇਕ ਕਰ ਜਾਂਦਾ ਆ ਤੇ ਫਿਰ ਇਹਦੇ ਥੱਲੇ ਉਹੀ ਡ੍ਰੌਪ ਹੋਣ ਦੇ ਚਾਂਸ ਹੋਣਗੇ ਤੇ ਉਦੋਂ ਆਪਾਂ ਕਾਇਨ ਬੋਏਸ ਤੇ ਸਟਾਕ ਨੂੰ ਕਾਫੀ ਕੌਨਫੀਡੈਂਸ ਦੇ ਨਾਲ ਸ਼ਾਰਟ ਜਾਂ ਪੁੱਟ ਦੇ ਵਿੱਚ ਐਂਟਰ ਹੋ ਸਕਦੇ ਆ ਸੋ ਆਈ ਥਿੰਕ ਦਿਸ ਵਾਸ ਦਾ ਵਨ ਜਿਹੜੀ ਮੈਂ ਟ੍ਰੈਂਡ ਲਾਈਨ ਬਣਾਈ ਹੋਈ ਸੀ ਹੋਰ ਤੇ ਮੈਨੂੰ ਕੋਈ ਲੱਗਦੀ ਨਹੀਂ ਹੈ ਜਿਹੜੀ ਬਣ ਸਕਦੀ ਹੈ ਤੇ ਇੱਥੇ ਵੀ ਜੇ ਆਪਾਂ ਦੇਖੀਏ ਤੇ ਨਿਊ ਲੋਅਰ ਲੋ ਬਣਾ ਰਿਹਾ ਸੋ ਡਾਊਨ ਟ੍ਰੈਂਡ ਵਾਲੇ ਚੱਕਰ ਦੇ ਵਿੱਚ ਹੈ ਹੀ ਆ ਸੋ ਇਹ ਦੇਖਣਾ ਜੀ ਆਪਾਂ 65000 ਤੋਂ ਥੱਲੇ ਆ ਗਿਆ ਤੇ ਫਿਰ ਥੱਲੇ ਡਿੱਗਣ ਦੇ 60000 ਵੱਲ ਨੂੰ ਜਾਣ ਦੇ ਦੇ ਚਾਂਸ ਹੋਣਗੇ ਜੀ ਕਿੰਦੇ ਆ ਡਿਡ ਐਨੀਵਨ ਆਫ ਯੂ ਫੋਰੈਕਸ ਬ్రో অর ਯੂਰ ਗਰੁੱਪ ਨਹੀਂ ਜੀ ਫੋਰੈਕਸ ਨਹੀਂ ਆਪਾਂ ਸਟਾਕ ਤੇ ਆਪਸ਼ਨਾਂ ਕਰਦੇ ਆ ਥੈਟ ਵਾਸ ਐਕਸੀਲੈਂਟ ਵੀਡੀਓ एवरीवन ਮਸਟ ਵਾਚ ਥੈਂਕ ਯੂ ਜੀ ਹਾਂਜੀ ਸੋ ট্রেਡਿੰਗ ਜਰਨਲ ਵਾਲੀ ਵੀਡੀਓ ਜਰੂਰ ਵਾਚ ਕਰ ਲਿਓ ਜੀ ਐ ਐਮ ਬੀ ਐਲ ਵਾਈ ਸਟਾਕ ਚੈੱਕ ਕਿੰਦੇ ਕਰਿਓ ਸੋ लेट्स ਗੋ ਟੂ ਐਮ ਬੀ ਐਲ ਵਾਈ ਕੀ ਕਰ ਰਿਹਾ ਜੀ ਸੋ ਐਮ ਬੀ ਐਲ ਵਾਈ ਤੁਹਾਡੇ ਸਾਹਮਣੇ ਰੈਡ ਲਾਈਨ ਨੂੰ ਟੱਚ ਕੀਤਾ 33 ਡਾਲਰ ਤੋਂ ਥੱਲੇ ਡਿੱਗ ਰਿਹਾ ਡ੍ਰੌਪ ਆ ਸੋ ਚਾਂਸ ਹੈਗੇ ਨੇ ਕਿ ਥੱਲੇ ਡਿੱਗ ਸਕਦਾ ਤੋਂ 25 ਡਾਲਰ ਤੇ ਆਣ ਕੇ ਕੀ ਕਰਦਾ ਉੱਥੇ ਤੁਹਾਨੂੰ ਵਾਚ ਕਰਨਾ ਪੈਣਾ ਡ੍ਰੌਪ ਤੇ ਚਾਂਸ ਆ ਡ੍ਰੌਪ ਹੋ ਰਿਹਾ ਬਹੁਤ ਵਧੀਆ ਏਰੀਆ ਤੋਂ 25 ਡਾਲਰ ਤੱਕ ਜਾ ਸਕਦਾ ਕੰਟੀਨਿਊਸਲੀ ਸੋ ਜੇ ਤੁਹਾਨੂੰ 29 ਡਾਲਰ ਤੋਂ ਮੈਂ ਟਰੇਡ ਦੇਂਦਾ ਥੱਲੇ ਨੂੰ ਸ਼ਾਰਟ ਸਾਈਡ ਨੂੰ ਤਾਂ ਦੇਖ ਸਕਦੇ ਆ ਐਮ ਬੀ ਐਲ ਆਈ ਦੇ ਵਿੱਚ ਸੋ ਮੈਂ ਵੀ ਇਹਨੂੰ ਲਿਖ ਲੈਣਾ ਨਹੀਂ ਮਾੜਾ ਜਿਹਾ ਸੋ ਕੱਲ ਨੂੰ ਆਪਾਂ ਮਾਰਚ ਵਾਚ ਕਰਦਾਂਗੇ ਐਮ ਬੀ ਐਲ ਵਾਈ ਜੇ ਓਪਰਚੁਨਿਟੀ ਮਿਲਦੀ ਹੈ ਤਾਂ ਕਾਪੀ ਪੈਨ ਨਾਲ ਦੀ ਨਾਲ ਚੱਕ ਲਿਆ ਕਰੋ ਜੀ ਸੋ ਐ ਵੀ ਜੀਓ ਦਾ ਜੀ ਹਾਈਪਾ ਐ ਵੀ ਜੀਓ ਦੀ ਕਿਉਂਕਿ ਉਹ ਸਪਲਿਟ ਦੇ ਕਰਕੇ ਸੋ ਕੰਟੀਨਿਊਸ ਰਨ ਥੋੜਾ ਬਹੁਤ ਹੋ ਸਕਦਾ ਐ ਐਸ ਐਮ ਸੀ ਆਈ ਦਾ ਮੈਂ ਆਲਰੇਡੀ ਦੱਸ ਦਿੱਤਾ ਜੀ ਨਿਊ ਸਟਾਕ ਦੇ ਵਿੱਚ ਕੁਝ ਖਾਸ ਨਹੀਂ ਹੈਗਾ ਨਿਊ ਸਟਾਕ ਇਟਸ ਆਲਮੋਸਟ ਆਪਾਂ ਕਹਿ ਸਕਦੇ ਹਾਂ ਕਿ ਡੈਡੀ ਆ ਥੱਲੇ ਡਿੱਗੀ ਜਾਂਦਾ ਆ ਸੋ ਨਾਟ ਗੁੱਡ ਫਾਰ ਡੇ ਟ੍ਰੇਡਿੰਗ ਸੋ ਡੇ ਟ੍ਰੇਡ ਕਰਨ ਵਾਲਾ ਸਟਾਕ ਹੀ ਨਹੀਂ ਹੈਗਾ ਜੀ ਇਹ ਸੋ ਮੋਸਟਲੀ ਆਪਾਂ ਜਿਹੜੇ ਹੁਣ ਮੈਂ ਤੁਹਾਨੂੰ ਦੱਸ ਰਿਹਾ ਚਾਰਟ ਦੋਜ਼ ਆ ਫਾਰ ਡੇ ਟ੍ਰੇਡਿੰਗ ਜਿਹੜੇ ਨੈਕਸਟ ਵੀਕ ਦੇ ਵਿੱਚ ਤੁਸੀਂ ਡੇ ਟ੍ਰੇਡਾਂ ਕਰਨੀਆਂ ਹਾਂ ਜੇ ਤੁਸੀਂ ਲੌਂਗ ਟਰਮ ਲਈ ਆ ਉਦਾਂ ਕੁਝ ਪੁੱਛ ਰਹੇ ਹੋ ਤੇ ਉਹਦੇ ਲਈ ਆਪਾਂ ਟਿਕਟੌਕ ਤੇ ਲਾਈਵ ਕਰਦੇ ਹੁੰਨੇ ਆ ਐਵਰੀ ਸੈਟਰਡੇ 9 ਪੀਐਮ ਟੋਰਾਂਟੋ ਟਾਈਮ ਸੋ ਐਵਰੀ ਸੈਟਰਡੇ 9 ਪੀਐਮ ਟੋਰਾਂਟੋ ਟਾਈਮ ਕਰਦੇ ਹੁੰਨੇ ਲਾਈਵ ਟਿਕਟੌਕ ਦੇ ਉੱਪਰ ਤੇ ਟਿਕਟੋਕ ਦਾ ਜੇ ਤੁਹਾਡੇ ਕੋਲ ਨਹੀਂ account ਹੈਗਾ ਤੇ ਇੱਥੇ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਉੱਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਉੱਥੇ ਕੋਈ ਵੀ ਲੌਂਗ ਟਰਮ ਵਾਲਾ ਜਾਂ ਕੋਈ ਹੋਰ ਕੁਐਸਚਨ ਪੁੱਛ ਸਕਦੇ ਹੋ ਬਟ ਰਾਈਟ ਨੂੰ ਆਪਾਂ ਫੋਕਸ ਕਰ ਰਹੇ ਹਾਂ ਜੀ ਨੈਕਸਟ ਵੀਕ ਕਿਹੜੇ-ਕਿਹੜੇ ਸਟਾਕ ਟਰੇਡ ਕਰ ਸਕਦੇ ਹਾਂ ਸੋ ਇਦਾਂ ਹੀ ਐਫਐਸਐਲਆਰ ਦਾ ਤੁਹਾਨੂੰ ਮੈਂ ਲਾਸਟ ਵੀਕ ਵੀ ਦੱਸਿਆ ਸੀ ਕਿ ਐਫਐਸਐਲਆਰ ਦੇ ਡ੍ਰੌਪ ਹੋਣ ਦੇ ਚਾਂਸ ਆ ਗੁੱਡ ਸੀ 20 ਡਾਲਰ ਵਾਲੀ ਥਰਸਡੇ ਨੂੰ ਟਰੇਡ ਲਈ ਸੀ ਬਟ ਖੈ ਦੀ ਹੈ ਕਿ ਮੈਂ ਉਹਨੂੰ ਥਰਸਡੇ ਨੂੰ ਛੱਡ ਗਿਆ ਇਸ ਟਰੇਡ ਨੂੰ ਮੈਂ ਕਿਹਾ ਯਾਰ ਕੁਝ ਖਾਸ ਮੂਵਮੈਂਟ ਹੋ ਨਹੀਂ ਰਹੀ ਬਟ ਇੱਕ ਦੋ ਜਾਣੇ ਨੇ ਉਹ ਟ੍ਰੇਡ ਹੋਲਡ ਕਰ ਲਈ ਤੇ ਉਹਨਾਂ ਦੇ ਨਾਲ ਮੇਰੀ ਵੀ ਵੀਕਐਂਡ ਤੇ ਗੱਲ ਹੋ ਰਹੀ ਸੀਗੀ ਉਹ 20 ਡਾਲਰ ਵਾਲੀ ਟ੍ਰੇਡ ਦੇ ਵਿੱਚ ਉਹਨਾਂ ਨੇ ਕਿੰਨੇ ਪੈਸੇ ਬਣਾ ਲਏ ਜੀ ਕਿਸੇ ਨੇ 300 ਕਿਸੇ ਨੇ 400 ਡਾਲਰ ਸੋ ਗੁੱਡ ਟ੍ਰੇਡ ਸੀ ਇਸ ਲਈ ਬਿਗ ਮੂਵਰ ਹੋ ਜਾਂਦੇ ਆ ਯਾਦ ਹੋਵੇ ਤਾਂ ਤੁਹਾਨੂੰ ਲਾਈਵ ট্রেਡਿੰਗ ਦੇ ਉੱਪਰ ਮੈਂ ਦੱਸਿਆ ਵੀ ਸੀ ਡਿਗ ਰਿਹਾ ਦੇਖਦੇ ਆ 285 ਵਾਲਾ ਜੇ ਆਪਾਂ ਨੂੰ ਏਰੀਆ ਦੇ ਤੇ ਟੱਚ ਕਰਕੇ ਜੇ ਦੁਬਾਰਾ ਇੱਕ ਵਾਰੀ ਡ੍ਰੌਪ ਹੁੰਦੀ ਆ ਤਾਂ ਵਧੀਆ ਡ੍ਰੌਪ ਹੋ ਸਕਦੀ ਆ ਉਹੀ 265 ਕੇ ਡਾਲਰ ਵਾਲੇ ਏਰੀਆ ਨੂੰ 265 ਨੂੰ ਹੋਲਡ ਕਰਨ ਦੀ ਕੋਸ਼ਿਸ਼ ਕਰਦਾ ਜੇ 265 ਨੂੰ ਬ੍ਰੇਕ ਕਰ ਜਾਂਦਾ ਆ ਤੇ ਫਿਰ ਇਹਨੇ ਵਾਪਸ ਥੱਲੇ ਆ ਜਾਣਾ ਜੀ 250 230 ਤੱਕ ਵੀ ਆ ਸਕਦਾ ਸੋ ਚਾਂਸ ਹੈਗੇ ਨੇ ਵਾਚ ਕਰ ਰਹੇ ਆਂ ਟਰੇਡ ਨੂੰ ਕਾਫੀ ਵੀਰਾਂ ਨੇ ਵਾਰ-ਵਾਰ ਉਸ ਏਰੀਏ ਤੋਂ ਟਰੇਡ ਵੀ ਕੀਤਾ ਹੈਗਾ 280 ਵਾਲੇ 285 ਵਾਲੇ ਤੋਂ ਜਿੱਥੇ ਮੈਂ ਅਲਰਟ ਦਿੱਤਾ ਸੀ ਸੋ ਸਟਿਲ ਵੀ ਵਿਲ ਲੁੱਕ ਫॉर ਸੇਮ ਏਰੀਆ ਨੈਕਸਟ ਵੀਕ ਦੇ ਵਿੱਚ ਦੇ 285 ਤੋਂ ਆਪਾਂ ਨੂੰ ਵਧੀਆ ਇੱਕ ਸ਼ਾਰਟ ਮਿਲਦਾ ਵਾਪਸ ਜਾ ਕੇ ਤੇ ਜ਼ਰੂਰ ਆਪਾਂ ਇਹਦੇ ਵਿੱਚ ਐਂਟਰ ਹੋਵਾਂਗੇ ਜੀ ਅਗੇਨ ਜਿਨੇ ਨਹੀਂ ਸਬਸਕ੍ਰਾਈਬ ਕੀਤਾ ਜੀ ਕਰ ਲਿਓ ਮਾੜਾ ਜਿਹਾ ਅਕਾਊਂਟ ਨੂੰ YouTube ਨੂੰ ਸੋ ਨੈਕਸਟ ਆਪਾਂ ਦੇਖ ਸਕਦੇ ਆ ਜੀ ਸਟਾਕ ਜਿਹੜਾ ਆਰਮ ਸੋ ਆਰਮ ਸਟਾਕ ਦੀ ਨਿਊਜ਼ ਪੋਜ਼ਿਟਿਵ ਆਈ ਆ ਵੈਸੇ ਵੀ ਆਰਮ ਸਟਾਕ ਦੀ ਇੱਕ ਬਹੁਤ ਵਧੀਆ ਹਾਈਪ ਆ ਤੇ ਪੂਰੇ ਰਨ ਦੇ ਉੱਪਰ ਸੀ ਜੀ ਸੋ ਕਾਫੀ ਲੋਕਾਂ ਨੇ ਜਿਹੜੇ ਲੌਂਗ ਦੇ ਵਿੱਚ ਹੋਲਡ ਕੀਤਾ ਪੈਸੇ ਵੀ ਬਣਾਏ ਤੇ ਸ਼ਾਰਟ ਕਰਨ ਵਾਲੇ ਇਹਦੇ ਵਿੱਚ ਸਟਕ ਹੋ ਗਏ ਕਿਉਂਕਿ ਹਾਈਪ ਇਹਦੀ ਕੰਟੀਨਿਊਸ ਸੀ ਐਕਸਪੈਕਟੇਸ਼ਨ ਹੀ ਕਿਤੇ ਨਾ ਕਿਤੇ ਡ੍ਰੌਪ ਹੋਣੀ ਹੈ ਕਿ ਡ੍ਰੌਪ ਹੋ ਜੂਗੀ ਬਟ ਨਹੀਂ ਹੋਈ ਸੋ ਕਈ ਵਾਰੀ ਆਪਾਂ ਕੀ ਕਰਦੇ ਆਂ ਕਿ ਸਟਾਕ ਜਦੋਂ ਉੱਪਰ ਨੂੰ ਜਾਂਦਾ ਫਾਈਟ ਕਰਨਾ ਸ਼ੁਰੂ ਕਰ ਦਿੰਦੇ ਆਂ ਕਿ ਕਾਫੀ ਉੱਪਰ ਚੱਲ ਗਿਆ ਹੁਣ ਤੇ ਡਿੱਗ ਜੂਗਾ ਇਦਾਂ ਨਹੀਂ ਆ ਕਈ ਵਾਰੀ ਜਿਹੜੇ ਸਟਾਕ ਹਾਈਪ ਦੇ ਵਿੱਚ ਹੁੰਦੇ ਆ ਬਹੁਤ ਉੱਪਰ ਜਾਈ ਜਾਂਦੇ ਜਾਈ ਜਾਂਦੇ ਜਾਈ ਜਾਂਦੇ ਆ ਹਾਂ ਫਰਾਈਡੇ ਨੂੰ ਇੱਕ ਏਰੀਆ ਇਹਦਾ ਹੈਗਾ ਸੀ ஸ்ட்ਰੌਂਗ 264 ਵਾਲਾ ਉੱਤੋਂ ਵੀ ਥੋੜਾ ਜਿਹਾ ਉੱਪਰ ਜਾ ਕੇ 268 ਤੱਕ ਜਾ ਕੇ ਤੇ ਥੋੜਾ ਜਿਹਾ ਡਿੱਗਿਆ ਸੋ ਨੈਕਸਟ ਵੀਕ ਦੇ ਆਪਾਂ ਵਿੱਚ ਆਪਾਂ ਦੇਖਣਾ ਕਿ 264 ਜਾਂ 268 ਤੇ ਜਾ ਕੇ ਜੇ ਫਿਰ ਦੁਬਾਰਾ ਇਹ ਡ੍ਰੌਪ ਹੋਣਾ ਸ਼ੁਰੂ ਹੁੰਦਾ ਆ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਐਂਟਰ ਹੋਣ ਬਾਰੇ ਦੇਖ ਸਕਦੇ ਹਾਂ ਸ਼ਾਰਟ ਸਾਈਡ ਨੂੰ ਬਟ ਜੇ ਇਹਨਾਂ ਨੂੰ ਬ੍ਰੇਕ ਕਰ ਜਾਂਦਾ ਆ ਫਿਰ ਫਾਈਟ ਨਹੀਂ ਕਰਨੀ ਜਾਣ ਦੇਣਾ ਇਹਨੂੰ ਕਿਉਂਕਿ ਇਸ ਸਟਾਕ ਨੇ ਸ਼ਾਇਦ ਜੂਨ 24 ਨੂੰ ਇਫ ਆਈ ਮੈਨੂੰ ਡੇਟ ਨਹੀਂ ਐਗਜ਼ੈਕਟ ਪਤਾ ਬਟ ਇਹਨੇ ਨੈਸਡੈਕ 100 ਦੇ ਵਿੱਚ ਐਂਟਰ ਹੋਣਾ ਹੈ ਜੀ ਜਿਹੜਾ ਹੈਗਾ ਟੈਕ ਦਾ ਮੋਸਟਲੀ ਈਟੀਐਫ ਹੈਗਾ ਇਹ ਜਾਂ ਇੰਡੈਕਸ ਹੈਗਾ ਆ ਸੋ ਨੈਸਡੈਕ 100 ਦੇ ਵਿੱਚ ਐਂਟਰ ਹੋਣਾ ਉਹਦੇ ਕਰਕੇ ਸਟਾਕ ਦੇ ਵਿੱਚ ਹਾਈਪ ਹੈਗੀ ਆ ਹਾਂ ਬਾਅਦ ਵਿੱਚ ਸੈਲ ਦਾ ਨਿਊਜ਼ ਵੀ ਹੋ ਸਕਦੀ ਹੈ ਬਾਇ ਦਾ ਰੂਮਰ ਉਦੋਂ ਆਪਾਂ ਸ਼ਾਰਟ ਕਰਨ ਬਾਰੇ ਦੇਖ ਸਕਦੇ ਹਾਂ ਬਟ ਜੇ 264 268 ਤੋਂ ਮਿਲਦਾ ਤੇ ਨੈਕਸਟ ਵੀਕ ਚ ਨਹੀਂ ਤੇ ਜੇ ਉੱਪਰ ਨੂੰ ਆ ਤੇ ਫਿਰ ਉੱਪਰ ਨੂੰ ਹੀ ਦੇਖਿਓ ਥੱਲੇ ਨੂੰ ਇਹਦੇ ਨਾਲ ਫਾਈਟ ਨਹੀਂ ਕਰਨੀ ਜੀ ਖੈਰ ਇਜਾਜ਼ ਜੀ ਕਹਿੰਦੇ ਬਾਈ ਜੀ ਰੀਵਨ ਬਾਰੇ ਕੀ ਆ ਜੀ ਰਿਵੀਅਨ ਬਾਰੇ ਰਿਵੀਅਨ ਬਾਰੇ ਕਹਤਾ ਰਿਵੀਅਨ ਆਰ ਆਈ ਵੀ ਐਨ ਸੋ ਰਿਵੀਅਨ ਦਾ ਵੀ ਤੁਹਾਨੂੰ ਮੈਂ ਦੱਸ ਦਿੰਨਾ ਨੈਕਸਟ ਵੀਕ ਦੇ ਲਈ ਰਿਵੀਅਨ ਵੀ ਆਪਾਂ ਜਿਹੜੀ ਲਾਈਨ ਲਾਈ ਆ ਜੀ ਬੜੀ ਵਧੀਆ ਉਹਦੇ ਨੇੜੇ ਜਾ ਕੇ ਤੇ ਥੱਲੇ ਡਿੱਗਣਾ ਸ਼ੁਰੂ ਹੋਇਆ ਚਾਂਸਸ ਆਰ ਕਿ ਨਿਵੀਅਨ ਵਿਲ ਕੀਪ ਡ੍ਰੋਪਿੰਗ ਟੁਵਾਰਡਸ ਉਹੀ 10 ਕ ਡਾਲਰ ਤੱਕ ਫਿਰ 10 ਡਾਲਰ ਤੇ ਆਣ ਕੇ ਹੋਲਡ ਕਰਦਾ ਜਾਂ ਉਤੋਂ ਵੀ ਥੱਲੇ ਡਿੱਗਦਾ ਉਹ ਵਾਚ ਕਰਨਾ ਪਊਗਾ ਬਟ ਚਾਂਸ ਆ ਕਿ ਰਿਵੀਅਨ 10 ਕ ਡਾਲਰ ਤੱਕ ਥੱਲੇ ਹੋਰ ਡਾਲਰ ਦੀ ਮੂਵ ਹੋਰ ਆ ਸਕਦੀ ਹੈ ਜੀ ਇਹਦੇ ਵਿੱਚ ਠੀਕ ਹੈ ਜੀ ਸੋ ਲੈਟਸ ਗੋ ਟੂ ਕਕਕ ਕਕਕ ਨੇ ਕੀ ਕੀਤਾ ਜੀ ਵਧੀਆ ਹਾਈਪ ਸੀ ਉੱਪਰ ਦੀ ਉੱਪਰ ਇੱਕ ਨਿਊ ਹਾਈ ਬਣਾਇਆ ਪੂਰੇ ਰੰ ਦੇ ਵਿੱਚ ਤੇ ਸਪੀਡ ਹੈਗੀ ਆ ਜੀ ਸੋ ਲਾਸਟ ਵੀਕ ਦੇ ਵਿੱਚ ਵੀ ਜੇ ਆਪਾਂ ਦੇਖੀਏ ਤਾਂ ਮਾਰਕੀਟ ਦੇ ਵਿੱਚ ਪੂਰੀ ਵੱਡੀ ਕੈਂਡਲ ਬਣੀ ਹੋਈ ਹੈ ਜੀ ਪੂਰੇ ਸਿਰੇ ਦੀ ਕੈਂਡਲ ਤੇ ਪੂਰਾ ਪੰਪ ਆ ਨੈਕਸਟ ਵੀਕ ਦੇ ਵਿੱਚ ਹੁਣ ਆਪਾਂ ਨੂੰ ਇਹ ਦੇਖਣਾ ਪਊਗਾ ਕਿ ਕੀ ਕਰਦੀ ਹੈ ਮਾਰਕੀਟ ਜੀ ਕਿਸੇ ਏਰੀਆ ਇੱਕ ਵਧੀਆ ਤੋਂ ਹੋਲਡ ਕਰਕੇ ਤੇ ਡ੍ਰੌਪ ਹੁੰਦੀ ਹੈ ਜਾਂ ਨਹੀਂ ਸੋ ਕਾਫੀ ਵਧੀਆ ਇੱਕ ਏਰੀਆ ਬਣਿਆ ਹੋਇਆ ਸੀ ਜਿੱਥੋਂ ਤੁਹਾਨੂੰ ਪਤਾ ਕਿ ਆਪਾਂ ਕਾਫੀ ਸ਼ਾਰਟ ਵਾਲੀਆਂ ਟਰੇਡਾਂ ਥਰਸਡੇ ਤੇ ਫਰਾਈਡੇ ਦੇਖਦੇ ਹੀ ਫਰਾਈਡੇ ਤੇ ਆਪਾਂ ਵੈਸੀ ਉੱਪਰ ਨੂੰ ਟ੍ਰੇਡ ਕੀਤਾ ਤੇ ਵਧੀਆ ਬ੍ਰੇਕ ਕੀਤਾ ਲੌਂਗ ਦੇ ਵਿੱਚ ਹੀ ਮੈਂ ਤੇ ਥੋੜਾ ਜਿਹਾ ਪ੍ਰੋਫਿਟ ਉਹਨੇ ਗੁੱਡ ਬਣਾ ਕੇ ਦਿੱਤਾ ਸੀ ਟ੍ਰੇਡ ਨੇ ਬਟ ਥਰਸਡੇ ਨੂੰ ਆਪਣੀ ਡ੍ਰੌਪ ਵਾਲੀ ਦੇ ਵਿੱਚ ਜਿਹੜੀ ਆ ਉਹ ਵਧੀਆ ਐਂਟਰੀ ਹੈਗੀ ਸੀ ਸੋ ਉਸੇ ਕੇਰੀਆ ਤੇ ਹੈਗਾ ਆ ਸੋ ਆਈ ਆਮ ਲੁਕਿੰਗ ਫਾਰ ਇਹੀ ਇੱਕ ਡ੍ਰੌਪ ਤੇ ਜਿਹੜਾ ਰਨ ਹੁੰਦਾ ਆ 260 278 ਵਾਲੇ ਏਰੀਆ ਤੋਂ 279 ਵਾਲੇ ਏਰੀਆ ਦੇ ਵਿੱਚ ਵਿੱਚ ਕੀ ਕਰਦਾ ਆ ਉੱਥੋਂ ਡ੍ਰੌਪ ਆ ਤੇ ਜਾਂ ਉੱਪਰ ਨੂੰ ਜਾਈ ਜਾਂਦਾ ਜੇ ਡ੍ਰੌਪ ਹੁੰਦੀ ਆ ਤੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਟੈਕ ਸੈਕਟਰ ਥੋੜਾ ਜਿਹਾ ਉਵਰਬਾਟ ਵਾਲੀ ਸਿਚੁਏਸ਼ਨ ਦੇ ਵਿੱਚ ਜਾਣ ਕਰਕੇ ਤੇ ਚਾਂਸ ਹੈਗੇ ਆ ਇੱਕ ਸ਼ਾਰਟ ਵੀਕ ਹੌਨ ਕਰਕੇ ਨੈਕਸਟ ਵੀਕ ਚ ਆਪਾਂ ਨੂੰ ਥੋੜੀ ਜਿਹੀ ਡ੍ਰੌਪ ਦੇਖਣ ਨੂੰ ਮਿਲ ਸਕਦੀ ਆ ਬਾਕੀ ਸਿਚੁਏਸ਼ਨ ਦੇਖਾਂਗੇ ਕੱਲ ਕਿੱਦਾਂ ਦੀ ਬਣਦੀ ਆ ਉਸ ਹੱਬ ਦੇ ਨਾਲ ਹੀ ਟ੍ਰੇਡ ਕਰਾਂਗੇ ਬਟ ਥਿਸ ਇਜ਼ ਦ ਏਰੀਆ ਵੀ ਵਿਲ ਬੀ ਲੁਕਿੰਗ ਫਾਰ ਜੇਨੂ ਟ੍ਰੇਡ ਕਰਨਾ ਦੀ ਸੇਮ ਸਿਚੁਏਸ਼ਨ ਦੇ ਵਿੱਚ ਸਪਾਈ ਆ ਜੀ ਕੋਈ ਉਹਦਾ ਡਿਫਰੈਂਟ ਨਹੀਂ ਹੈਗਾ ਸਪਾਈ ਜੇ ਆਪਾਂ ਦੇਖੀਏ ਤਾਂ ਈਵਨ ਬੈਟਰ ਥੋੜਾ ਜਿਹਾ ਏਰੀਆ ਬਣਾ ਰਿਹਾ ਵਾ ਕਿਉਂਕਿ ਉਹਨੇ ਫ੍ਰਾਈਡੇ ਜਿਹੜਾ ਆ ਨਿਊ ਹਾਈ ਨਹੀਂ ਬਣਾਇਆ ਬਟ ਟੈਕ ਦੀ ਹਾਈਪ ਸੀ ਸੋ ਟੈਕ ਨੇ ਹੀ ਕਿਉਂਕਿ ਟੈਕ ਕੀ ਜਿਹੜਾ ਐਸ ਐਨ ਪੀ 500 ਦਾ ਵੀ ਕਾਫੀ ਹਾਈ ਪਰਸੈਂਟੇਜ ਹੈਗਾ ਆ ਤੇ ਨੈਸਡੈਕ ਦਾ ਤੇ ਤੁਹਾਨੂੰ ਪਤਾ ਕੀ ਹੈਗਾ ਹੀ ਆ ਸੋ ਉਸ ਕਰਕੇ ਇਹ ਵੀ ਜੀ ਉਹੀ 545 ਕਾੜਾ ਏਰੀਆ ਜਾਂ 543 ਵਾਲੇ ਏਰੀਆ ਦੇ ਵਿੱਚੋਂ ਵਿੱਚੋਂ ਡ੍ਰੌਪ ਹੋ ਜਾਂਦਾ ਆ ਤੇ ਆਪਾਂ ਨੂੰ ਇੱਕ ਵਧੀਆ 544 ਹੀ ਲਾੜੋ ਤੁਸੀਂ ਐਗਜ਼ੈਕਟ ਹੈ ਤੇ ਚਾਂਸ ਹੋਣਗੇ ਕਿ ਮਾਰਕੀਟ ਇੱਕ ਵਧੀਆ ਰਿਜੈਕਸ਼ਨ ਕਰ ਸਕਦੀ ਆ ਸੋ 544 545 ਦੇ ਵਿੱਚ ਵਿੱਚ ਜਾ ਕੇ ਕੀ ਕਰਦਾ ਐਸ ਐਨ ਪੀ 500 ਉਹਨੂੰ ਵੀ ਆਪਾਂ ਦੇਖਾਂਗੇ ਨੈਕਸਟ ਵੀਕ ਦੇ ਵਿੱਚ ਉਸ ਹਿਸਾਬ ਦੇ ਨਾਲ ਕਰਾਂਗੇ ਜੀ ਟ੍ਰੇਡ ਸੋ ਆਲਵੇਸ ਜਿੱਦਾਂ ਮੈਂ ਕਹਿੰਦਾ ਹੁੰਦਾ ਕਿ ਮੰਡੇ ਇਸ ਦਾ ਡੇ ਜਦੋਂ ਤੁਸੀਂ ਥੋੜਾ ਜਿਹਾ ਦੇਖਣਾ ਹੁੰਦਾ ਵਾ ਕਿ ਮਾਰਕੀਟ ਦੇ ਵਿੱਚ ਕੀ ਰਿਦਮਾਂ ਕੀ ਸਪੀਡ ਚੱਲ ਰਹੀ ਆ ਕਾਲੀ ਨਹੀਂ ਕਰਨੀ ਹੁੰਦੀ ਤੇ ਜਦੋਂ ਤੁਸੀਂ ਮੰਡੇ ਮਾਰਕੀਟ ਨੂੰ ਪੜ ਲਿਆ ਕਿ ਕੀ ਹੋ ਰਿਹਾ ਫਿਰ ਬਾਕੀ ਦਿਨ ਜਿਹੜੇ ਟ੍ਰੇਡ ਕਰਨੇ ਆ ਉਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਈਜ਼ੀ ਹੋ ਜਾਂਦੇ ਆ ਕਿਉਂਕਿ ਤੁਹਾਨੂੰ ਮਾਰਕੀਟ ਦੀ ਰਿਦਮ ਡਾਇਰੈਕਸ਼ਨ ਫਲੋ ਪਤਾ ਲੱਗ ਜਾਂਦਾ ਕਿੱਦਾਂ ਦਾ ਆ ਸੋ ਆਲਵੇਸ ਗੋ ਵਿਦ ਫਲੋ ਤੇ ਬਾਕੀ ਜਿਹੜੇ ਤੁਹਾਡੇ ਚੋ ਟੈਲੀਗ੍ਰam ਗਰੁੱਪ ਦੇ ਵਿੱਚ ਆ ਗੁੱਡ ਹੈ ਤੁਹਾਨੂੰ ਨਾਲ ਦੀ ਨਾਲ ਅਪਡੇਟ ਮਿਲਦੀਆਂ ਰਹਿਣੀਆਂ ਕੀ ਨਿਊਜ਼ ਚੱਲ ਰਹੀ ਹੈ ਕੀ ਈਵੈਂਟ ਨੇ ਜਿਹੜੇ ਨਹੀਂ ਆ ਸੋ ਉਹਨਾਂ ਦੇ ਲਈ ਵੈਬਸਾਈਟ ਦੇ ਉੱਪਰ ਮੈਂ ਨਿਊਜ਼ ਵਾਲਾ ਜਿਹੜਾ ਹੈ ਜੀ ਉਹ ਵੀ ਪੇਜ ਅਪਡੇਟ ਕਰ ਦੇਣਾ ਆਪਣੇ 5-10 ਮਿੰਟ ਤੱਕ ਉਹ ਜਾ ਕੇ ਦੇਖ ਲਿਓ ਤੇ ਜੇ ਕੋਈ ਕੁਐਸਚਨ ਹੋਇਆ ਤੇ ਇੰਸਟਾਗ੍ਰam ਤੇ ਪੁੱਛ ਸਕਦੇ ਹੋ ਜੇ ਲਾਈਵ ਟਰੇਡਿੰਗ ਨੂੰ ਸਬਸਕ੍ਰਾਈਬ ਕਰਨਾ ਤੇ ਉਹ ਵੈਬਸਾਈਟ ਤੇ ਜਾ ਕੇ ਕਰ ਸਕਦੇ ਹੋ ਉਹਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਵੀਡੀਓ ਦੇ ਵਿੱਚ ਗੁੱਡ ਲੱਕ ਫਾਰ ਨੈਕਸਟ ਵੀਕ ਧਿਆਨ ਦੇ ਨਾਲ ਵੈਨਸਡੇ ਨੂੰ ਕਰਿਓ ਇੰਜੋਏ ਜੀ ਕੋਈ ਬੜਾ ਪੰਗਾ ਲੈਣ ਦੀ ਲੋੜ ਨਹੀਂ ਵੈਨਸਡੇ ਨੂੰ ਤੁਸੀਂ ਕੀ ਕਰਨਾ ਮੰਡੇ ਟਿਊਜ਼ਡੇ ਵਾਲਾ ਆਪਣਾ ਟਰੇਡਿੰਗ ਜਰਨਲ ਰਿਵਿਊ ਕਰਨਾ ਤੇ ਫਿਰ ਥਰਸਡੇ ਫਰਾਈਡੇ ਟਰੇਡ ਕਰਕੇ ਫਿਰ ਸੈਟਰਡੇ ਨੂੰ ਰਿਵਿਊ ਕਰਨਾ ਫਰਾਈਡੇ ਦੇਖਦੀਆਂ ਤੁਹਾਡੇ ਵਿੱਚੋਂ ਕਿਹੜੇ ਦੋ ਜਾਣਿਆਂ ਦਾ ਨੰਬਰ ਲੱਗਦਾ ਜਿਨ੍ਹਾਂ ਨੇ ਆਪਾਂ ਕਰਦੇ ਹਾਂ ਟਰੇਡਿੰਗ ਜਰਨਲ ਰਿਵਿਊ ਟੇਕ ਕੇਅਰ ਬਾਏ ਬਾਏ ਸੀ ਯੂ ਆਲ ਟੂਮਾਰੋ ਔਨ ਲਾਈਵ ਟਰੇਡਿੰਗ